ਤੇ ਉਹ ਦਿਨ ਨੂੰ ਰਾਤ ਨੂੰ ਵੀ ਜਦੋਂ ਸੌਂਦੇ ਹੁੰਦੇ ਸੀ ਉਹਨਾਂ ਦੇ ਉੱਤੇ ਕੋਈ ਅਟੈਕ ਹੁੰਦਾ ਸੀਗਾ ਲਾਈਕ ਇੱਦਾਂ ਹੁੰਦਾ ਜਿੱਦਾਂ ਕਿਸੇ ਨੇ ਉੱਤੇ ਜਿੱਦਾਂ ਭਾਰ ਪਾਤਾ ਕਹਿਣਾ ਤੁਸੀਂ ਉਹ ਆਹ ਚੀਜ਼ ਉੱਥੇ ਸਿੱਟਿਆ ਜਾਂ ਮੈਨੂੰ ਇੰਨੇ ਪੈਸੇ ਦੇ ਦਿਓ ਮੈਂ ਬਣਾ ਦੂੰਗਾ ਮੈਂ ਪਾਠ ਪੂਜਾ ਕਰ ਦੂੰਗਾ ਤੁਹਾਡੇ ਲਈ ਤੇ ਤੁਸੀਂ ਠੀਕ ਹੋ ਜਾਓਗੇ ਕਾਫੀ ਕੋਸਟਲੀ ਹੋਣਾ ਬਹੁਤ ਜ਼ਿਆਦਾ ਸੀ ਜਿੱਦਾਂ ਮੇਰੇ ਡੈਡੀ ਖੇਤੀ ਕਰਦੇ ਸੀਗੇ ਅਤੇ ਜਿੰਨਾ ਕੁ ਪਤਾ ਹੀ ਹੈ ਕਿਸਾਨਾਂ ਦੀ ਕਿੰਨੀ ਕੁ ਉੱਥੇ ਹੈ ਨਾ ਇਨਕਮ ਹੁੰਦੀ ਆ ਅਤੇ ਸਾਡੀ ਅੱਧੇ ਤੋਂ ਜ਼ਿਆਦਾ ਤਾਂ ਬਾਬਿਆਂ ਨੂੰ ਚੱਲ ਜਾਂਦੀ ਸੀ ਸਾਰਾ ਕੁਛ ਕੀਤਾ ਉਹਨੇ ਪਰ ਸ਼ਾਂਤੀ ਨਹੀਂ ਮਿਲੀ ਉਹਨੂੰ ਆਰਾਮ ਨਹੀਂ ਮਿਲਿਆ ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਇਆਂ ਨੂੰ ਦੀ ਓਲਡ ਟੈਸਟਮੈਂਟ ਸਪੀਕਸ ਆਫ ਸੈਵਰਲ ਵੁਮਨ ਹੂ ਡੈਡੀਕੇਟਿਡ ਦੇਅਰ ਟਾਈਮ ਹੋਮਸ ਵੋਕੇਸ਼ਨ ਐਂਡ ਅਨਸੈਲਫਿਸ਼ ਸਰਵਿਸ ਟੂ ਗੋਡਸ ਚਰਚ setting an example for today's women. My guest is surely a blessed person. Sandeep ji, a woman on fire for the Lord's work. Aaj mere mehman hai Sandeep ji. Jinna nu milke tusi bade khush hovoge aur badi barkat paoge. Aaj apa inna nal gallan baatan karni hai. Welcome aur ji aayan Sandeep ji Jamsi ki. Jamsi pastor ji, thank you. Thank you tu apna keemti waqt kad ke aayi hai aur ਬਹੁਤ ਅੱਛੇ ਲੱਗ ਰਹੇ ਹੈਗੇ ਥੈਂਕ ਯੂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਇੱਥੇ ਆਉਣ ਲਈ ਮਹਿਮਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਨੂੰ ਦਿੰਦੇ ਹਾਂ ਆਮੈਨ ਆਮੈਨ ਸੰਦੀਪ ਜੀ ਆਪਾਂ ਸ਼ੁਰੂ ਕਰਦੇ ਹੈਗੇ ਹਾਂ ਤੁਹਾਨੂੰ ਪਤਾ ਵੀ ਸੰਦੀਪ ਦਾ ਜਿਹੜਾ ਨਾਂ ਹੈਗਾ ਇਹਦਾ ਮੈਂ ਮਤਲਬ ਦੇਖਿਆ ਸੀਗਾ ਇਹਦਾ ਮਤਲਬ ਹੈਗਾ ਗਲੋਇੰਗ ਇਹਦਾ ਮਤਲਬ ਹੈਗਾ ਕਿ ਅ ਲਾਈਟਿਡ ਲੈਂਪ ਤਾਂ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਖੁਦਾਵੰਦ ਨੇ ਤੁਹਾਨੂੰ ਬਣਾਇਆ ਹੀ ਇਸ ਤਰ੍ਹਾਂ ਹੈਗਾ ਆ ਕਿ ਤੁਸੀਂ ਇੱਕ ਤਰ੍ਹਾਂ ਗਲੋ ਕਰਦੇ ਹੈਗੇ ਆ ਪਰ ਇਹ ਹਮੇਸ਼ਾ ਇਦਾਂ ਨਹੀਂ ਸੀਗਾ ਪਹਿਲੋਂ ਡਾਰਕਨੈਸ ਦੇ ਵਿੱਚ ਸੀ ਜੀ ਤਾਂ ਹੁਣ ਤੁਸੀਂ ਲਾਈਟ ਦੇ ਵਿੱਚ ਆ ਗਏ ਹੈ ਅੱਜ ਤੁਹਾਡੇ ਨਾਲ ਇਹੀ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਜੇ ਦੇਖਿਆ ਜਾਵੇ ਤਾਂ ਜਿਹੜੇ ਪੰਜਾਬ ਔਰ ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਖਾਨਦਾਨੀ ਲੋਕ ਹੈਗੇ ਆ ਉੱਥੇ ਜਿਹੜੇ ਸਪਿਰਿਚੁਅਲ ਟ੍ਰੈਡੀਸ਼ਨਸ ਹੈਗੇ ਆ ਉੱਥੇ ਬਹੁਤ ਹੀ ਜਿੱਦਾਂ ਕਹਿੰਦੇ ਹੁੰਦੇ ਵੀ ਪ੍ਰਮੋਟ ਵੀ ਹੁੰਦੇ ਹੈਗੇ ਆ ਔਰ ਆਪਣੇ ਬੰਦੇ ਜਿਹੜੇ ਹੈਗੇ ਆ ਉਹ ਜਾਂਦੇ ਵੀ ਹੈਗੇ ਪਿਲਗ੍ਰਿਮੇਜ ਕਰਦੇ ਹੈਗੇ ਆ ਸਾਈਟਸ 'ਤੇ ਜਾਂਦੇ ਹੈਗੇ ਆ ਬਰਥ ਪਲੇਸਿਸ ਦੇਖਦੇ ਹੈਗੇ ਆ ਡਿਫਰੈਂਟ ਡਿਫਰੈਂਟ ਟੈਂਪਲਸ ਦੇਖਦੇ ਹੈਗੇ ਆ ਤਾਂ ਸੰਦੀਪ ਜੀ ਤੁਹਾਡੀ ਫੈਮਿਲੀ ਵੀ ਇੱਦਾਂ ਹੀ ਸੀ ਹਾਂਜੀ ਬਿਲਕੁਲ ਇਹ ਛੋਟੇ ਹੁੰਦੇ ਤੋਂ ਹੀ ਮੈਂ ਸਿੱਖ ਫੈਮਿਲੀ ਵਿੱਚ ਜਿੱਦਾਂ ਬੋਰਨ ਹੋਈ ਸੀਗੀ ਜੱਟ ਸਿੱਖ ਵਿੱਚ ਤਾਂ ਫਿਰ ਗੁਰਦੁਆਰੇ ਜਾਣਾ ਜਦੋਂ ਮੈਂ ਛੋਟੀ ਜਿਹੀ ਸੀ ਸਕੂਲ ਹਜੇ ਪ੍ਰਾਇਮਰੀ ਸਕੂਲ 'ਚ ਸੀਗੀ ਵੀ ਕਦੇ ਜਦੋਂ ਫੈਮਿਲੀ ਜਾਂਦੀ ਹੁੰਦੀ ਸੀਗੀ ਕਹਿ ਲਓ ਤੀਰਥ ਯਾਤਰਾ 'ਤੇ ਉਹਨਾਂ ਨੇ ਕਹਿਣਾ ਇਹਨੂੰ ਵੀ ਨਾਲ ਲੈ ਜਾਓ ਅਤੇ ਮੈਂ ਵੀ ਫਿਰ ਉਹਨਾਂ ਨਾਲ ਕਾਫੀ ਘੁੰਮੀ ਫਿਰੀ ਗੁਰਦੁਆਰੇ ਮੰਦਰਾਂ ਵਿੱਚ ਗਈ ਹੋਈ ਹਾਂ ਹਾਂਜੀ ਜੀ ਸੋ ਵਾਕਿਆ ਦੇ ਵਿੱਚ ਫਿਰ ਉੱਥੇ ਕਾਫੀ ਤੁਸੀਂ ਆਪਣੇ ਰਿਵਾਜ਼ ਰਿਲੀਜਨ ਤਾਂ ਤੁਸੀਂ ਫਿਰ ਫੋਲੋ ਕਰਦੇ ਸੀ ਹਾਂਜੀ ਜੀ ਜ਼ਰੂਰ ਹਾਂਜੀ ਇਹ ਫਿਰ ਮੰਮ ਐਂਡ ਡੈਡ ਮਤਲਬ ਵੀ ਖਾਸ ਕਰਕੇ ਹੁਣ ਉਹ ਕਰਦੇ ਸੀਗੇ ਤਾਂ ਫਿਰ ਤੁਸੀਂ ਵੀ ਕਰਦੇ ਸੀਗੇ ਹਾਂਜੀ ਜੀ ਮੰਮ ਡੈਡ ਕਰਦੇ ਸੀਗੇ ਫਿਰ ਉਹ ਅੱਗੇ ਫਿਰ ਦੱਸਦੇ ਸੀ ਤੁਸੀਂ ਵੀ ਇੱਦਾਂ ਕਰਨਾ ਫਿਰ ਫੋਲੋ ਕਰੋ ਉਹਨਾਂ ਦੀ ਇੰਸਟਰਕਸ਼ਨ ਨੂੰ ਗੁਰਦੁਆਰੇ ਜਾਓ ਸਵੇਰ ਨੂੰ ਸ਼ਾਮ ਨੂੰ ਗੁਰਦੁਆਰੇ ਜਾਓ ਪਾਠ ਕਰੋ ਫਿਰ ਜਿੱਦਾਂ ਉੱਥੇ ਤੁਹਾਨੂੰ ਪਤਾ ਹੀ ਆ ਸਿੱਖ ਫੈਮਿਲੀਜ਼ ਜਾਂਦੇ ਆ ਗੁਰਦੁਆਰਿਆਂ ਵਿੱਚ ਮੱਸਿਆ ਨਹਾਉਣ ਚਲ ਜਾਓ ਪੁੰਨਿਆ ਦੇ ਚਲੇ ਜਾਓ ਸੰਗਰਾਂਦ ਆ ਫਿਰ ਗੁਰਦੁਆਰੇ ਜਾਓ ਪ੍ਰਸ਼ਾਦ ਬਣਾ ਕੇ ਜਾਓ ਇੱਦਾਂ ਅਸੀਂ ਸਾਰਾ ਫੋਲੋ ਕਰਦੇ ਸੀ ਹਾਂਜੀ ਫੋਲੋ ਕਰਦੇ ਸੀ ਤਾਂ ਈਵਨ ਅੱਜ ਵੀ ਅ ਲੋਟ ਆਫ ਪੀਪਲ ਬਿਲੀਵ ਉੱਥੇ ਹੈ ਕਿ ਸੁਪਰਨੈਚੁਰਲ ਜਿਹੜੀਆਂ ਚੀਜ਼ਾਂ ਉੱਥੇ ਹੁੰਦੀਆਂ ਹੈਗੀਆਂ ਆ ਸਪੈਲਸ ਕਰਸਿਸ ਜਿਹਨੂੰ ਜਾਦੂ ਕਹਿੰਦੇ ਟੂਣਾ ਕਹਿੰਦੇ ਕਈ ਤਾਂ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਇੱਦਾਂ ਦੀਆਂ ਚੀਜ਼ਾਂ ਪਰ ਇਹ ਚੀਜ਼ਾਂ ਵਾਕਿਆ ਦੇ 'ਚ ਹੁੰਦੀਆਂ ਹਾਂਜੀ ਮੈਂ ਸਹਿਮਤ ਹਾਂ ਤੁਹਾਡੇ ਨਾਲ ਇਸ ਗੱਲ ਵਿੱਚ ਇਹ ਜ਼ਰੂਰ ਹੁੰਦੀਆਂ ਸੱਚੀ ਗੱਲ ਆ ਮੈਂ ਵੀ ਕਈ ਇੱਦਾਂ ਦੇਖੀਆਂ ਉੱਥੇ ਇੱਦਾਂ ਦੇ ਕਈ ਮੈਂ ਦੇਖਿਆ ਐਕਟ ਹੁੰਦੇ ਜਿੱਦਾਂ ਪਿੰਡ ਵਿੱਚ ਹੀ ਕਹਿ ਲਓ ਤੁਸੀਂ ਮੈਨੂੰ ਨਹੀਂ ਪਤਾ ਤੁਹਾਨੂੰ ਤੁਸੀਂ ਜਾਣਦੇ ਆ ਕਿ ਨਹੀਂ ਜਿੱਦਾਂ ਇੱਥੇ ਫਾਈਵ ਵੇਜ਼ ਵਗੈਰਾ ਹੁੰਦੇ ਆ ਉੱਥੇ ਚੁਰਾਹਾ ਕਹਿ ਦਿੰਦੇ ਆ ਅਤੇ ਫਿਰ ਲੋਕ ਜਾਦੂ ਟੂਣੇ ਕਰਦੇ ਕਹਿੰਦੇ ਉੱਥੇ ਜਾ ਕੇ ਕਰੋ ਕਿਉਂਕਿ ਲੋਕ ਕ੍ਰੋਸ ਕਰਦੇ ਆ ਸੋ ਫਿਰ ਜਾਦੂ ਟੂਣੇ ਦਾ ਮਤਲਬ ਇਹ ਨੀਗਾ ਵੀ ਤੁਸੀਂ ਉਹ ਕਿਸੇ ਦਾ ਭਲਾ ਕਰਦੇ ਆ ਅਤੇ ਉਹ ਆਪਣੇ ਜਿੱਦਾਂ ਕਹਿ ਲਓ ਆਪਣੀਆਂ ਪਰੇਸ਼ਾਨੀਆਂ ਪ੍ਰੋਬਲਮ ਆ ਦੂਜਿਆਂ ਦੇ ਉੱਤੇ ਪਾਉਣ ਲਈ ਕਰਦੇ ਆ ਵੀ ਜਿਹੜਾ ਵੀ ਕੋਈ ਉੱਥੋਂ ਨੰਗੂਗਾ ਸਾਡੇ ਜਿੱਦਾਂ ਕਹਿ ਲਓ ਬੋਝ ਅਗਲੇ 'ਤੇ ਪੈ ਜਾਣਗੇ ਇੱਦਾਂ ਕਰਦੇ ਆ ਸੋ ਅਨਦਰ ਵਰਡਸ ਮਤਲਬ ਵੀ ਉਹ ਜਗ੍ਹਾ 'ਤੇ ਕਰ ਦਿੰਦੇ ਹੈਗੇ ਜਾਂ ਜਦੋਂ ਜਗ੍ਹਾ 'ਤੇ ਲੰਘਦੇ ਹੈਗੇ ਤਾਂ ਫਿਰ ਉਹ ਗਾਂ ਇਨਫਲੂਐਂਸ ਹੋ ਜਾਂਦੇ ਹੈਗੇ ਤਾਂ ਉਹਨਾਂ 'ਤੇ ਉਹੀ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਕਿਸੇ ਹੋਰ ਕੋਲ ਚਲੇ ਜਾਂਦੀਆਂ ਹੈਗੀਆਂ ਔਰ ਤੁਸੀਂ ਆਪ ਇਹ ਐਕਸਪੀਰੀਅੰਸ ਕੀਤਾ ਮੈਂ ਐਕਸਪੀਰੀਅੰਸ ਕੀਤਾ ਹਾਂਜੀ ਫਿਰ ਇਹਦਾ ਮਤਲਬ ਸੰਦੀਪ ਯੂ ਕਮ ਫਰਮ ਅ ਡੀਪਲੀ ਰੂਟਡ ਸਿੱਖ ਫੈਮਿਲੀ ਬੈਕਗ੍ਰਾਉਂਡ ਜੀ ਹਾਂਜੀ ਜੀ ਤਾਂ ਪੰਜਾਬ ਦੇ ਵਿੱਚੋਂ ਤੁਹਾਨੂੰ ਦੱਸੋ ਕਿਹੜੇ ਪਿੰਡ ਦੇ ਵਿੱਚੋਂ ਤੁਹਾਡਾ ਘਰਾਨਾ ਪੈਦਾਇਸ਼ ਕਦੋਂ ਹੋਈ ਕਿੰਨੇ ਭੈਣ ਭਰਾ ਸਾਰਾ ਕੁਛ ਮੈਨੂੰ ਦੱਸੋ ਮੇਰੇ ਬੋਰਨ ਹੋਈ ਸੀ 1980
83 is Christmas, New Year Eve, sorry, 31st December. ਤੇ ਪਿੰਡ ਮੇਰਾ ਸੰਡਾ ਵਾਲ ਆ, ਇਹ ਤਹਿਸੀਲ ਸ਼ਾਹਕੋਟ ਵਿੱਚ ਆਉਂਦਾ, ਜ਼ਿਲ੍ਹਾ ਜਲੰਧਰ ਪੰਜਾਬ ਵਿੱਚ ਆ। ਹਾਂਜੀ, ਮੈਂ ਪਹਿਲੀ ਬੱਚੀ ਸੀ ਆਪਣੇ ਘਰ ਵਿੱਚ, ਲਾਇਕ ਮੇਰੇ ਮੰਮ ਡੈਡ ਦੀ ਪਹਿਲੀ ਬੱਚੀ ਮੈਂ ਸੀਗੀ। ਮੇਰਾ ਇੱਕ ਛੋਟਾ ਭਰਾ ਵਾ, ਉਹ ਮੇਰੇ ਤੋਂ 9 ਸਾਲ ਛੋਟਾ। ਕਾਫੀ ਗੈਪ ਆ। ਹਾਂਜੀ, ਤੇ ਫਿਰ ਪਤਾ ਤੁਹਾਨੂੰ ਇੱਕੋ ਇੱਕ ਬੱਚੀ, ਫਿਰ ਲਾਡਲੀ ਸੀ ਸਾਰਿਆਂ ਦੀ ਜੇ। ਹਾਂਜੀ, ਕੀ ਯਾਦਗਾਰਾਂ ਕੀ ਹੈਗੀਆਂ ਕਿ ਪੜ੍ਹਾਈ ਲਿਖਾਈ ਉੱਥੇ ਕੀਤੀ ਫਿਰ? ਹਾਂਜੀ, ਪੜ੍ਹਾਈ ਮੈਂ ਉੱਥੇ ਕੀਤੀ। ਪਹਿਲਾਂ ਪ੍ਰਾਇਮਰੀ ਸਕੂਲ ਪਿੰਡ ਜਾਂਦੇ ਹੁੰਦੇ ਸੀ, ਫਿਰ ਨਾਲ ਸਾਡੇ ਪਿੰਡ ਆ ਬਾਜਮਕਲਾਂ, ਉੱਥੇ ਸੈਕੰਡਰੀ ਸਕੂਲ ਵਿੱਚ ਗਈ ਮੈਂ। ਫਿਰ ਨਖੋਦ ਡੀ ਏ ਵੀ ਕਾਲਜ ਮੈਂ ਪੜ੍ਹਾਈ ਕੀਤੀ, ਅਤੇ ਨੈਸ਼ਨਲ ਕਾਲਜ ਮੈਂ ਕਾਲਜ ਸਾਰੇ ਘੁੰਮੇ ਆ। ਕਹਿ ਲਓ ਜਿੱਦਾਂ ਨਾਈ ਹੁੰਦਾ ਹੈ ਨਾ, ਕਹਿਣਾ ਮੈਂ ਉਸ ਕਾਲਜ ਵੀ ਜਾਣਾ, ਮੈਂ ਉਸ ਕਾਲਜ ਵੀ ਜਾਣਾ। ਅੱਛਾ ਅੱਛਾ। ਅਤੇ ਫਿਰ ਜਿੱਦਾਂ ਮੈਂ ਡੈਡ ਨੇ ਕਦੇ ਨਹੀਂ ਕਿਹਾ ਸੀ, ਨਹੀਂ ਜਿੱਥੇ ਮੈਂ ਕਿਹਾ ਮੈਂ ਜਿਹੜੇ ਕਾਲਜ ਜਾਣਾ। ਪੜ੍ਹੋ, ਹਾਂਜੀ ਕਹਿੰਦੇ ਸੀ ਪੜ੍ਹੋ, ਖਰਚਾ ਅਸੀਂ ਕਰਾਂਗੇ, ਤੁਸੀਂ ਪੜ੍ਹੋ। ਅਤੇ ਫਿਰ ਮੈਂ ਬੀ ਏ ਕੀਤੀ ਨੈਸ਼ਨਲ ਕਾਲਜ, ਫਿਰ ਮੈਂ ਕਿਹਾ ਮੈਂ ਨਰਸਿੰਗ ਕਰਨੀ ਆ, ਫਿਰ ਮੈਂ ਜਲੰਧਰ ਨਰਸਿੰਗ ਕੀਤੀ ਆ, ਊਧਮ ਸਿੰਘ ਨੈਸ਼ਨਲ ਇੰਸਟੀਚਿਊਟ ਵਿੱਚ। ਹਾਂਜੀ, ਫਿਰ ਨਰਸਿੰਗ ਕਰਕੇ ਫਿਰ ਮੈਂ ਜੋਬ ਵੀ ਕੀਤੀ ਉੱਥੇ। ਹਾਂਜੀ, ਮੈਂ ਜਲੰਧਰ ਜੋਬ ਕਰਦੀ ਰਹੀ ਉੱਥੇ ਹੋਸਪਿਟਲ 'ਚ, ਜਿਵੇਂ ਅੱਖਾਂ ਵਾਲੇ ਹੋਸਪਿਟਲ 'ਚ ਕੀਤੇ, ਆਈ ਹੋਸਪਿਟਲ, ਕਾਲ ਹੋਸਪਿਟਲ, ਅਤੇ ਹੋਰ ਵੀ 2-3 ਹੋਸਪਿਟਲ 'ਚ ਮੈਂ ਕੀਤੀ ਆ ਜੇ। ਅੱਛਾ ਅੱਛਾ। ਹਾਂਜੀ, ਤਾਂ ਜਦੋਂ ਤੁਸੀਂ ਪੜ੍ਹਦੇ ਸੀਗੇ ਤਾਂ ਕੀ ਤੁਹਾਡਾ ਸੁਪਨਾ ਸੀਗਾ ਕਿ ਕਦੀ ਬਾਹਰ ਆਵੋਗੇ? ਮੈਨੂੰ ਇੰਨਾ ਨਹੀਂ ਸੀ ਪਾਸਟ ਜੀ, ਪਰ ਲੱਕ ਮੇਰੇ ਮੰਮ ਦਾ ਸੀ ਮੇਨਲੀ ਇਹ ਸੁਪਨਾ, ਕਿਉਂਕਿ ਜਿੱਦਾਂ ਮੈਂ ਸਿੱਖ ਫੈਮਿਲੀ ਵਿੱਚ ਪੈਦਾ ਹੋਈ ਸੀਗੀ, ਮੇਰੇ ਡੈਡੀ ਖੇਤੀ ਕਰਦੇ ਸੀਗੇ। ਅੱਛਾ। ਇੱਕ ਦੋ ਵਾਰੀ ਵਿੱਚ ਜਿੱਦਾਂ ਇੰਡੀਆ 'ਚ ਹੁੰਦਾ ਕਹਿੰਦਾ ਦੁਬਈ ਜਾਇਓ, ਗੇੜਾ ਲਾਇਓ, ਇੱਦਾਂ ਉਹ ਗਏ ਸੀਗੇ। ਪਰ ਉਹਨਾਂ ਨੂੰ ਹੁੰਦਾ ਸੀ ਵੀ ਮੇਰੇ ਬੱਚੇ ਜਿੱਦਾਂ ਵੱਡੀਆਂ ਵੱਡੀਆਂ ਕੰਟਰੀਆਂ 'ਚ ਜਾਣ ਅਤੇ ਵਧੀਆ ਲਾਈਫ ਇੰਜੋਏ ਕਰਨ, ਲਾਈਫ ਸਟਾਈਲ ਗੁੱਡ ਹੋਵੇ। ਰਿਲੇਸ਼ਨਸ਼ਿਪ ਮੰਮ ਐਂਡ ਡੈਡ ਨਾਲ ਕਿੱਦਾਂ ਦੀ ਸੀ? ਮੰਮ ਐਂਡ ਡੈਡ ਨਾਲ ਮੇਰੀ ਵਧੀਆ ਰਿਲੇਸ਼ਨਸ਼ਿਪ ਆ ਹੁਣ ਤੱਕ ਵੀ। ਜਦੋਂ ਮੈਂ ਜੋ ਕੁਛ ਮੰਗਾਂ ਸਦਾ ਮੈਨੂੰ ਉਹ ਲੈ ਕੇ ਦਿੰਦੇ ਸੀਗੇ, ਜਦੋਂ ਧਿਆਨ ਰੱਖਦੇ ਸੀਗੇ ਮੇਰਾ। ਅਤੇ ਫਿਰ ਮੈਂ ਵੀ ਫਿਰ ਇੱਦਾਂ ਸੀਗਾ ਵੀ ਕਹਿਣੇ 'ਚ ਰਹਿੰਦੀ ਸੀ, ਜਦੋਂ ਡਰਦੀ ਸੀਗੀ ਉਹਨਾਂ ਤੋਂ, ਡੈਡ ਦਾ ਡਰ ਹੁੰਦਾ ਸੀਗਾ, ਹਜੇ ਵੀ ਹੈਗਾ ਮੰਮੀ ਦਾ। ਇਹ ਤਾਂ ਬਹੁਤ ਜ਼ਰੂਰੀ ਹੈ ਜੀ। ਹਾਂਜੀ, ਤਾਂ ਜਿੱਦਾਂ ਕਹਿੰਦੇ ਹੁੰਦੇ ਵੀ ਆਪਾਂ ਕਈ ਸਟੋਰੀ ਸੁਣਦੇ ਹੈਗੇ ਪੰਜਾਬ ਦੇ ਵਿੱਚ, ਔਰ ਅੱਜ ਵੀ ਇਹ ਗੱਲਾਂ ਹੁੰਦੀਆਂ ਹੈਗੀਆਂ ਕਿ ਜਦੋਂ ਬੱਚੀ ਪੈਦਾ ਹੁੰਦੀ ਹੈ ਤਾਂ ਮਾਂ ਬਾਪ ਕਈ ਖੁਸ਼ ਨਹੀਂ ਹੁੰਦੇ। ਹਾਂਜੀ, ਤਾਂ ਉਹ ਕਹਿੰਦੇ ਹੈਗੇ ਨਹੀਂ ਯਾਰ ਭਾਰ ਹੇਠਾਂ ਆ ਗਏ। ਹਾਂਜੀ, ਤਾਂ ਤੁਹਾਡੇ ਤਾਂ ਨਹੀਂ ਇਹ ਫੈਮਿਲੀ ਦੇ ਵਿੱਚ? ਨਹੀਂ, ਮੇਰੇ ਨਹੀਂ ਇੱਦਾਂ ਹੋਇਆ। ਪ੍ਰੋਬੇਬਲੀ ਮੈਂ ਪਹਿਲੀ ਸੀਗੀ, ਇਹ ਵੀ ਹੋ ਸਕਦਾ ਜੇ ਇੱਕ ਦੋ ਭੈਣਾਂ ਹੋਰ ਹੁੰਦੀਆਂ, ਕੀ ਪਤਾ ਡਿਫਰੈਂਟ ਸਟੋਰੀ ਹੁੰਦੀ, ਉਹ ਤਾਂ ਹੋ ਸਕਦਾ। ਹਾਂਜੀ, ਪਰ ਉਹ ਤੁਹਾਡੀ ਕੇਸ ਦੇ ਵਿੱਚ ਜਾਂ ਮੇਰੇ ਕੇਸ ਵਿੱਚ ਇੱਦਾਂ ਨਹੀਂ ਸੀ, ਅਤੇ ਉਹ ਖੁਸ਼ ਸੀਗੇ ਮੇਰੇ ਤੋਂ। ਫਿਰ ਜਿੱਦਾਂ ਮੈਂ ਤੁਹਾਨੂੰ ਕਿਹਾ ਦੱਸਿਆ ਕਿ ਮੈਂ ਇੰਸਟਰਕਸ਼ਨ ਫੋਲੋ ਕਰਦੀ ਸੀ, ਜਿੱਥੇ ਡੈਡ ਨੇ ਕਹਿਣਾ ਜਾਣਾ ਉੱਥੇ ਜਾਣਾ, ਜਿੱਧਰ ਕਹਿਣਾ ਨਹੀਂ ਜਾਣਾ, ਅਤੇ ਫਿਰ ਉਹਨਾਂ ਨੂੰ ਵੀ ਲੱਗ ਪ੍ਰਾਊਡ ਕਰਦੇ, ਫਿਰ ਉਹਨਾਂ ਨੂੰ ਫੀਲ ਹੁੰਦਾ ਸੀਗਾ ਵੀ ਸਾਡੇ ਬੱਚੀ ਕਹਿਣੇ ਕਾਰ ਦੇ ਵਿੱਚ ਹੈ, ਔਰ ਵੀ ਮਤਲਬ ਵੀ ਜਿੱਦਾਂ ਅਸੀਂ ਕਹਿੰਦੇ ਹੈਗੇ ਵੀ ਸਾਡੀ ਇੱਜ਼ਤ ਰੱਖਦੀ ਹੈ। ਸੋ ਜਿੱਦਾਂ ਕਹਿੰਦੇ ਹੁੰਦੇ, ਤੁਸੀਂ ਫਿਰ UK ਕਿੱਦਾਂ ਆ ਗਏ? ਲੱਕ ਮੈਂ ਪਹਿਲਾਂ ਜਿੱਦਾਂ ਤੁਹਾਨੂੰ ਦੱਸਿਆ ਮੇਰੇ ਮੰਮ ਦਾ ਸੀਗਾ ਕਿ ਮੈਂ ਜਾਵਾਂ ਬਾਹਰ ਜਾਵਾਂ, ਮੇਨਲੀ UK, ਇੰਡੀਆ ਕਹਿ ਦਿੰਦੇ ਸਾਡੇ ਨਿਆਣੇ ਬਲੈਤ ਜਾਣ, ਜਿੱਦਾਂ ਤੁਹਾਨੂੰ ਪਤਾ ਹੀ ਆ ਕਿੱਦਾਂ ਕਹਿੰਦੇ ਆ। ਅਤੇ ਫਿਰ ਮੇਰੇ ਮੰਮ ਦੇਖਦੀ ਹੁੰਦੀ ਸੀ, ਉਹ ਚਲੋ ਇਹਦਾ ਰਿਸ਼ਤਾ ਬਾਹਰ ਕਰ ਦਾਂਗੇ, ਅਤੇ ਉਹ ਨਿਊਜ਼ ਪੇਪਰ ਉਹਨੇ ਲਵਾਇਆ ਹੋਇਆ ਸੀ, ਨਿਊਜ਼ ਪੇਪਰ ਪੜ੍ਹਦੀ ਹੁੰਦੀ ਸੀ। ਇੱਕ ਦਿਨ ਉੱਥੇ ਐਡ ਆਈ ਸੀਗੀ ਜੇ ਟੋਮ ਦੀ, ਵੀ ਕੁੜੀ ਦੇਖ ਰਿਹਾ ਜੋ ਚਾਹੇ, ਮੇਰਾ ਹਸਬੈਂਡ, ਉਹਦਾ ਨਾਂ ਟੋਮ, ਟੋਮਿੰਦਰ ਸਿੰਘ ਨਾਂ ਉਹਦਾ, ਟੋਮਿੰਦਰ ਸਿੰਘ ਹੈ ਆ, ਪਰ ਨਿਕ ਨੇਮ ਟੋਮ ਆ, ਸਾਰੇ ਟੋਮ ਕਹਿੰਦੇ ਜੇ। ਫਿਰ ਉਹਨਾਂ ਨੇ ਐਡਵਰਟ ਦਿੱਤੀ ਹੋਈ ਸੀ ਵੀ ਅਸੀਂ ਜਿੱਦਾਂ ਸਾਡਾ ਮੁੰਡਾ ਵਾ, ਉਹਦੇ ਭੈਣ ਭਰਾ ਨੇ ਦਿੱਤੀ ਹੋਈ ਸੀਗੀ ਵੀ ਅਸੀਂ ਉਹਦੀ ਮੈਰਿਜ ਕਰਨੀ ਆ। ਫਿਰ ਇਹਨਾਂ ਨੇ ਕਿਤੇ ਫੋਨ ਕੀਤਾ, ਮੈਂ ਤਾਂ ਜੋਬ 'ਤੇ ਸੀ, ਮੈਂ ਹੈ ਨਹੀਂ ਸੀ ਉੱਥੇ, ਮੈਂ ਜਦੋਂ ਜਲੰਧਰ ਹੁੰਦੀ ਸੀ। ਅਤੇ ਫਿਰ ਇਹਨਾਂ ਨੇ ਅਰੇਂਜ ਕਰ ਲਿਆ, ਮੈਨੂੰ ਫੋਨ ਕੀਤਾ, ਅਤੇ ਫਿਰ ਸਾਡੀ ਜਿੱਦਾਂ ਦੇਖ ਦਿਖਾਲੇ 'ਚ ਇੱਦਾਂ ਕਰਦੇ ਆ। ਅੱਛਾ, ਅਰੇਂਜ ਅਰੇਂਜ ਮੈਰਿਜ ਸੀ। ਹਾਂਜੀ, ਸਾਰਾ ਕੁਛ ਹੋ ਗਿਆ, ਇੰਗੇਜਮੈਂਟ ਹੋ ਗਈ, ਦੈਨ ਫਿਰ ਮੁੜ ਕੇ ਆ ਇੱਧਰ ਆ ਗਿਆ। ਫਿਰ ਆਫਟਰ 6 ਮੰਥ ਸਾਡੀ ਵੈਡਿੰਗ ਹੋਈ ਸੀ। ਫਿਰ ਆਫਟਰ ਵੈਡਿੰਗ ਮੈਂ ਆਈ ਸੀ ਇੱਥੇ। ਸੋ ਅਰੇਂਜ ਮੈਰਿਜ ਹੋ ਕੇ ਤੁਸੀਂ ਰਜ਼ਾਮੰਦ ਸੀਗੇ, ਮੁੰਡੇ ਵਾਲੇ ਵੀ ਰਜ਼ਾਮੰਦ ਸੀਗੇ। ਹਾਂਜੀ, ਸਾਰਾ ਫਿਰ ਹੋ ਗਿਆ, ਤਾਂ ਉਹ ਇੱਧਰ ਆ ਗਿਆ, ਤਾਂ ਫਿਰ ਤੁਸੀਂ? ਫਿਰ ਮੈਂ ਆਫਟਰ 3 ਮੰਥ, ਮੇਰੇ ਖਿਆਲ ਵੈਡਿੰਗ ਤੋਂ ਬਾਅਦ 3 ਮਹੀਨੇ ਲੱਗ ਗਿਆ ਸੀ ਇੱਧਰ। ਮਾਰਚ ਵਿੱਚ ਸਾਡੀ ਵੈਡਿੰਗ ਹੋਈ ਸੀ, ਮੈਂ ਇੱਥੇ ਆਈ ਸੀ ਜੂਨ ਵਿੱਚ। ਕਿੱਦਾਂ ਵੀ ਮਤਲਬ ਪਹਿਲਾਂ ਥੋੜ੍ਹਾ ਨਾਈਸ ਸੀ, ਦੇਖਣ ਨੂੰ ਨਾਈਸ ਸੀਗਾ, ਪਰ ਥੋੜ੍ਹਾ ਹਾਰਡ ਲੱਗਾ। ਜਿੱਦਾਂ ਇੰਡੀਆ ਵਿੱਚ ਤੁਹਾਨੂੰ ਪਤਾ, ਮੈਂ ਦੱਸਿਆ ਵੀ ਫਿਰ ਜਿੱਦਾਂ ਪੇਰੈਂਟਸ ਨੇ ਕਹਿਣਾ ਉੱਦਾਂ ਕਰਨ ਲਈ, ਅਤੇ ਫਿਰ ਤੁਹਾਡਾ ਉੱਥੇ ਨਾਲ ਹੁੰਦੇ ਵੀ ਤੁਹਾਨੂੰ ਦੱਸਣ ਲਈ ਜੀ ਕਿ ਤੁਸੀਂ ਰਹੋਗੇ ਜਾਂ ਕੁਛ, ਤੁਸੀਂ ਨਹੀਂ ਜਿੱਦਾਂ ਕਹਿ ਲਓ ਵੀ ਸ਼ੋਰ ਨਹੀਂ ਗਏ, ਤੁਸੀਂ ਪੇਰੈਂਟਸ ਨੂੰ ਪੁੱਛ ਸਕਦੇ, ਮਦਰ ਲੈ ਸਕਦੇ ਆ, ਪਰ ਇੱਥੇ ਫਿਰ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਛ ਜਿੱਦਾਂ
ਕਰਨਾ ਪੈਂਦਾ ਥੋੜਾ ਹਾਰਡ ਸੀਗਾ ਪਰ ਸੈਟਲ ਹੋ ਗਿਆ ਹੌਲੀ ਹੌਲੀ ਟਾਈਮ ਲੱਗਾ ਇੱਧਰ ਆ ਕੇ ਫਿਰ ਤੁਸੀਂ ਆਪਣੀ ਪੜ੍ਹਾਈ ਲਿਖਾਈ ਫਿਰ ਸ਼ੁਰੂ ਕੀਤੀ ਕਿ ਤੁਸੀਂ ਨਰਸਿੰਗ ਨਹੀਂ ਮੈਂ ਸਿੱਧਾ ਮੈਂ ਜਿੱਦਾਂ ਜੌਬ ਦੇਖਣੀ ਸਟਾਰਟ ਕੀਤੀ ਕਿਉਂ ਘਰੇ ਬੈਠੇ ਤੁਹਾਨੂੰ ਪਤਾ ਬੋਰ ਹੋ ਜਾਂਦੇ ਸਾਰੇ ਹੈ ਨਾ ਅਤੇ ਫਿਰ ਮੈਂ ਪਹਿਲਾਂ ਕੀਤੀ ਥੋੜ੍ਹਾ ਚਿਰ ਫੈਕਟਰੀ 'ਚ ਜੌਬ ਕੀਤੀ ਮੈਨੂੰ ਕਿਸੇ ਮੇਰੇ ਫਰੈਂਡ ਨੇ ਕਹਿਤਾ ਕਹਿੰਦੇ ਕਰਦੀ ਸੀਗੀ ਹੈ ਨਾ ਤੂੰ ਵੀ ਉੱਥੇ ਕਰ ਲਾ ਮੈਂ ਥੋੜ੍ਹੇ 2 ਮਹੀਨੇ ਲਾਏ ਉੱਥੇ ਫਿਰ ਮੈਨੂੰ ਕੇਅਰ ਦੀ ਜੌਬ ਮਿਲ ਗਈ ਫਿਰ ਮੈਂ ਕੇਅਰ ਦੀ ਕੀਤੀ ਦੈਨ ਫਿਰ ਮੈਂ ਕੰਮ ਤਾਂ ਕਈ ਕੀਤੇ ਜਿੱਦਾਂ ਹੈ ਨਾ ਮੈਂ ਮੈਕਡੋਨਲਡ 'ਚ ਵੀ ਕੰਮ ਕੀਤਾ ਹਾਂਜੀ ਜੀ ਅਤੇ ਹੁਣ ਮੈਂ ਜਿੱਦਾਂ ਪ੍ਰਭੂ ਦੀ ਕਿਰਪਾ ਹੋਈ ਤਾਂ ਮੈਂ ਜਿਹੜੀ ਜੌਬ ਚਾਹੁੰਦੀ ਸੀ ਮੈਨੂੰ ਮਿਲ ਗਈ ਹੋਸਪਿਟਲ 'ਚ ਹਾਂਜੀ ਕਰਦੀ ਹਾਂ ਜੀ ਤਾਂ ਤੁਸੀਂ ਪ੍ਰਭੂ ਦੀ ਗੱਲ ਕੀਤੀ ਤਾਂ ਪ੍ਰਭੂ ਨੂੰ ਕਿੱਦਾਂ ਤੁਸੀਂ ਪਾਇਆ ਪ੍ਰਭੂ ਨੂੰ ਇਹ ਵੀ ਸਾਡੀ ਬਹੁਤ ਵੱਡੀ ਟੈਸਟੀਮਨੀ ਆ ਉਹ ਮੈਂ ਸੁਣਨੀ ਚਾਹੁੰਦਾ ਹਾਂਜੀ ਸੁਣਾ ਦਿੰਦੇ ਹਾਂ ਜੀ ਦੱਸੋ ਜੀ ਕਿੱਦਾਂ ਕਿੱਦਾਂ ਤੁਸੀਂ ਆਏ ਮੇਰੀ ਮੰਮੀ ਜਿੱਦਾਂ ਹੈ ਨਾ ਇਹ ਠੀਕ ਨਹੀਂ ਰਹਿੰਦੇ ਸੀਗੇ ਉਹਦੇ ਉੱਪਰ ਜਿੱਦਾਂ ਇੰਡੀਆ 'ਚ ਕਹਿ ਦਿੰਦੇ ਪਹਾੜ ਪੈਂਦਾ ਦੱਬਾ ਪੈਂਦਾ ਈਵਲ ਸਪਿਰਿਟਸ ਈਵਲ ਸਪਿਰਿਟਸ ਕੰਮ ਕਰਦੀਆਂ ਸੀਗੀਆਂ ਅਤੇ ਉਹ ਅਸੀਂ ਬਹੁਤ ਰਹਿਣਾ ਜਿੱਦਾਂ ਮੈਂ ਛੋਟੀ ਜਿਹੀ ਸੀਗੀ ਮੇਰੀ ਮੈਮਰੀ ਆ ਇਹ ਜਿੱਦਾਂ ਕਹਿ ਲਓ ਤੁਹਾਡੇ ਗੁੱਡ ਮੈਮਰੀਜ਼ ਵੀ ਹੁੰਦੀਆਂ ਬੈਡ ਵੀ ਹੁੰਦੀਆਂ ਸੋ ਇਹ ਮੇਰੀ ਮੈਮਰੀ ਸੀਗੀ ਅਤੇ ਬਹੁਤ ਜ਼ਿਆਦਾ ਉਹ ਜਿੱਦਾਂ ਔਖੇ ਸੀਗੇ ਕਿੰਨੇ ਸਾਲਾਂ ਦੇ ਸੀਗੇ ਮੇਰੇ ਬੋਰਨ ਹੋਣ ਤੋਂ ਪਹਿਲਾਂ ਦਾ ਉਹਨਾਂ ਨੂੰ ਸੀਗਾ ਇੱਦਾਂ ਐਕਸਪਲੇਨ ਕਰੋ ਵੀ ਉਹ ਕਰਦੇ ਕੀ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿਸੇ ਨੇ ਖਵਾਇਆ ਹੋਇਆ ਜਦੋਂ ਪੈਂਦੇ ਸੀ ਉਹਨੂੰ ਨੀਂਦ ਆਉਂਦੀ ਰਹਿੰਦੀ ਹੁੰਦੀ ਸੀ ਸਪੈਸ਼ਲੀ ਸਮਰ ਵਿੱਚ ਇੱਦਾਂ ਲੇਹ ਦੁਪਹਿਰ ਨੂੰ ਲੋਕ ਸੌ ਜਾਂਦੇ ਹੁੰਦੇ ਆ ਅਤੇ ਉਹ ਦਿਨ ਨੂੰ ਰਾਤ ਨੂੰ ਵੀ ਜਦੋਂ ਸੌਂਦੇ ਹੁੰਦੇ ਸੀ ਉਹਨਾਂ ਦੇ ਉੱਤੇ ਕੋਈ ਅਟੈਕ ਹੁੰਦਾ ਸੀਗਾ ਅੱਛਾ ਅਤੇ ਫਿਰ ਉਹ ਚੀਕਾਂ ਮਾਰਦੇ ਹੁੰਦੇ ਸੀ ਫਿਜ਼ੀਕਲੀ ਤੁਸੀਂ ਦੇਖਦੇ ਸੀ ਵੀ ਮੰਮੀ ਸੁੱਤੀ ਪਈ ਆ ਤਾਂ ਸਡਨਲੀ ਉਹ ਚੀਕਾਂ ਮਾਰਨ ਲੱਗ ਜਾਂਦੀ ਸੀਗੀ ਅੱਛਾ ਅਤੇ ਫਿਰ ਸਾਨੂੰ ਜਿੱਦਾਂ ਉਹਦੇ ਕੋਲ ਬੈਠਣਾ ਪੈਂਦਾ ਹੁੰਦਾ ਸੀ ਇੱਕ ਜਣੇ ਮੈਂ ਛੋਟੀ ਜਿਹੀ ਸੀਗੀ ਮੈਂ ਵੀ ਘਰ 'ਚ ਹੋਰ ਤਾਂ ਕੋਈ ਹੁੰਦਾ ਨਹੀਂ ਸੀ ਮੈਂ ਤਾਂ ਮੇਰੇ ਡੈਡ ਸੀਗੇ ਹੈ ਨਾ ਫਿਰ ਜੋ ਡੈਡ ਨਹੀਂ ਹੋਣਾ ਮੈਂ ਕੋਲ ਬੈਠਣਾ ਜੇ ਦੈਨ 'ਚ ਉਹਨੂੰ ਸੌ ਜਾਣਾ ਫਿਰ ਜਦੋਂ ਉਹ ਇੱਦਾਂ ਹੁੰਦਾ ਸੀ ਅਟੈਕ ਫਿਰ ਦਵਾ ਦਾਵਾ ਸੀ ਉਹਨੂੰ ਉਠਾਉਂਦੇ ਹੁੰਦੇ ਸੀ ਵੀ ਉੱਠ ਹੈ ਨਾ ਪਾਣੀ ਪਿਲਾਉਣਾ ਉਹਨੂੰ ਇੱਦਾਂ ਕਰਨਾ ਤਾਂ ਉਹਨਾਂ ਨੂੰ ਕਦੀ ਪੁੱਛਿਆ ਸੀ ਵੀ ਕੀ ਹੁੰਦਾ ਤੁਹਾਨੂੰ ਜਦੋਂ ਤੁਸੀਂ ਵੀ ਮਤਲਬ ਵੀ ਚੀਕਾਂ ਮਾਰਦੇ ਹਾਂਜੀ ਪੁੱਛਿਆ ਸੀਗਾ ਉਹ ਕਹਿੰਦੇ ਲਾ ਕਿੱਦਾਂ ਹੁੰਦਾ ਜਿੱਦਾਂ ਕਿਸੇ ਨੇ ਉੱਤੇ ਜਿੱਦਾਂ ਭਾਰ ਪਾ ਤਾ ਬਹੁਤ ਜ਼ਿਆਦਾ ਜਾਂ ਉਹਦਾ ਸਾਹ ਗਲ ਘੁੱਟਦਾ ਜਾਂ ਉਹਦਾ ਸਾਹ ਨਹੀਂ ਨਿਕਲਦਾ ਇੱਦਾਂ ਕਿੰਨਾ ਖੁਸ਼ ਹੁੰਦਾ ਸੀਗਾ ਵੀ ਜਿੱਦਾਂ ਵੀ ਬਹੁਤ ਔਖਾ ਵਾ ਵੀ ਤਕਲੀਫ ਹੁੰਦੀ ਸੀ ਤਕਲੀਫ ਵਿੱਚ ਸੀਗੇ ਹਾਂਜੀ ਹਾਂਜੀ ਤਾਂ ਠੀਕ ਹੀ ਹੈ ਫਿਰ ਅਸੀਂ ਜਿੱਦਾਂ ਸਾਹ ਕਿਸੇ ਨੇ ਕਹਿਣਾ ਉੱਦਾਂ ਹੀ ਕਰਨਾ ਬਹੁਤ ਬਾਬੇ ਤੁਹਾਨੂੰ ਪਤਾ ਇੰਡੀਆ ਵਿੱਚ ਤਾਂ ਬਾਬੇ ਥਾਂ ਥਾਂ ਵਾ ਉਹਨਾਂ ਨੇ ਆਪਣੇ ਜਿੱਦਾਂ ਸ਼ੋਪਾਂ ਹੀ ਖੋਲੀਆਂ ਹੋਈਆਂ ਡੇਰੇ ਬਣਾਏ ਹੋਇਆ ਹਨ ਜੇ ਤਾਂ ਫਿਰ ਤੁਸੀਂ ਉੱਥੇ ਜਾਂਦੇ ਸੀਗੇ ਅਸੀਂ ਉੱਥੇ ਜਾਂਦੇ ਸੀ ਜਲਾਉਂਦੇ ਸੀ ਘਰਾਂ ਦੇ ਵਿੱਚ ਸਾਰਾ ਕੁਝ ਕੀਤਾ ਸੀ ਹਾਂਜੀ ਫਿਰ ਹਵਨ ਵਗੈਰਾ ਵੀ ਕਰਦੇ ਹੁੰਦੇ ਕਈ ਬਾਬੇ ਉਹ ਵੀ ਕੀਤੇ ਆ ਫਿਰ ਜਿੱਦਾਂ ਕਹਿੰਦੇ ਜਾਦੂ ਟੂਣੇ ਕਰਦੇ ਆ ਕਈ ਇੱਦਾਂ ਦੇ ਬਾਬੇ ਵੀ ਹੁੰਦੇ ਉਹਨਾਂ ਦੇ ਵੀ ਗਏ ਆ ਕਹਿਣਾ ਤੁਸੀਂ ਉਹ ਆਹ ਚੀਜ਼ ਉੱਥੇ ਸਿੱਟਿਆ ਜਾਂ ਮੈਨੂੰ ਇੰਨੇ ਪੈਸੇ ਦੇ ਦਿਓ ਮੈਂ ਬਣਾ ਦੂੰਗਾ ਮੈਂ ਪਾਠ ਪੂਜਾ ਕਰ ਦੂੰਗਾ ਤੁਹਾਡੇ ਲਈ ਅਤੇ ਤੁਸੀਂ ਠੀਕ ਹੋ ਜਾਓ ਫਿਰ ਕਾਫੀ ਕੋਸਟਲੀ ਹੋਣਾ ਬਹੁਤ ਜ਼ਿਆਦਾ ਸੀ ਜਿੱਦਾਂ ਮੇਰੇ ਡੈਡੀ ਖੇਤੀ ਕਰਦੇ ਸੀਗੇ ਅਤੇ ਜਿੰਨਾ ਕੁ ਪਤਾ ਹੀ ਆ ਕਿਸਾਨਾਂ ਦੀ ਕਿੰਨੀ ਕੁ ਉੱਥੇ ਹੈ ਨਾ ਇਨਕਮ ਹੁੰਦੀ ਆ ਫਿਰ ਸਾਡੀ ਅੱਧੇ ਤੋਂ ਜ਼ਿਆਦਾ ਤਾਂ ਬਾਬਿਆਂ ਨੂੰ ਚੱਲ ਜਾਂਦੀ ਸੀ ਫਿਰ ਤਾਂ ਮਤਲਬ ਤੁਸੀਂ ਸਾਰੇ ਗੇੜੇ ਉਹ ਤੁਸੀਂ ਕੀ ਕੀਤੇ ਹਾਂਜੀ ਸਾਰੇ ਸਾਰਾ ਕੁਛ ਕਰਕੇ ਦੇਖਿਆ ਇੱਥੋਂ ਤੱਕ ਕਿ ਮੇਰੀ ਮੰਮੀ ਨੇ ਅੰਮ੍ਰਿਤ ਵੀ ਛਕਿਆ ਕੋਈ ਕਹਿੰਦਾ ਤੁਸੀਂ ਅੰਮ੍ਰਿਤ ਛਕ ਲਓ ਗੁਰਦੁਆਰੇ ਤੁਸੀਂ ਜਾਂਦੇ ਹੀ ਆ ਅਤੇ ਤੁਹਾਨੂੰ ਫਰਕ ਪੈ ਜੂਗਾ ਉਹਨੇ ਵਿਚਾਰੀ ਨੇ ਅੰਮ੍ਰਿਤ ਵੀ ਛਕਿਆ ਅਤੇ ਪਾਠ ਵੀ ਕਰਨਾ ਦਿਨ ਰਾਤ ਗੁਰਦੁਆਰੇ ਵੀ ਜਾਣਾ ਉੱਥੇ ਤੁਸੀਂ ਦੇਖਿਆ ਹੋਣਾ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਗੁਰਦੁਆਰੇ ਜਾਂਦੇ ਲੋਕ ਜੋੜਿਆਂ ਦੀ ਸੇਵਾ ਕਰਦੇ ਸਾਫ਼ ਕਰਦੇ ਆ ਸਾਫ਼ ਕਰ ਕਰ ਰੱਖੀ ਦੀ ਸਾਈਡ 'ਤੇ ਹੈ ਨਾ ਉਹ ਵੀ ਸੇਵਾ ਹੀ ਕਹਿੰਦੇ ਹੁੰਦੇ ਆ ਸੇਵਾ ਵਾ ਸਾਰਾ ਕੁਛ ਕੀਤਾ ਉਹਨੇ ਪਰ ਸ਼ਾਂਤੀ ਨਹੀਂ ਮਿਲੀ ਉਹਨੂੰ ਆਰਾਮ ਨਹੀਂ ਮਿਲਿਆ ਆਰਾਮ ਨਹੀਂ ਮਿਲਿਆ ਸੀ ਹਾਂਜੀ ਫਿਰ ਕਿੱਧਰ ਨੂੰ ਗਏ ਫਿਰ ਇੱਕ ਵਾਰੀ ਗਰਮੀਆਂ ਦੀ ਗੱਲ ਆ ਅਤੇ ਬਾਹਰ ਸੁੱਤੇ ਪਏ ਸੀਗੇ ਰਾਤ ਨੂੰ ਕਿਤੇ ਹੈ ਨਾ ਨਾਲ ਦੇ ਪਿੰਡ ਵਿੱਚ ਬੰਦਗੀ ਹੁੰਦੀ ਸੀ ਪ੍ਰੇਅਰ ਮੀਟਿੰਗ ਅਤੇ ਉਹ ਜਿੱਦਾਂ ਪਤਾ ਇੰਡੀਆ 'ਚ ਲਾਊਡ ਸਪੀਕਰ ਲਾਉਂਦੇ ਆ ਅਤੇ ਸਾਰੇ ਤੁਹਾਡੇ ਆਂਢ ਗੁਆਂਢ ਨਾਲ ਦੇ ਪਿੰਡਾਂ 'ਚ ਵੀ ਸੁਣਦੀ ਆ ਅਤੇ ਇੱਦਾਂ ਹੀ ਸੁਣੀ ਆਵਾਜ਼ ਅਤੇ ਮੇਰੀ ਮੰਮੀ ਨੇ ਮੇਰੇ ਡੈਡ ਨੂੰ ਕਿਹਾ ਕਹਿੰਦੀ ਉਹ ਮੈਂ ਉੱਥੇ ਜਾਣਾ ਉਹਨਾਂ ਨੇ ਜਿੱਦਾਂ ਕੀਤੀ ਅਨਾਊਂਸਮੈਂਟ ਕਹਿੰਦੇ ਵੀ ਜਿਹੜੇ ਬਿਮਾਰ ਆ ਦੁਖੀ ਆ ਅਤੇ ਉਹ ਆਓ ਪ੍ਰਭੂ ਤੋਂ ਆਰਾਮ ਪਾਓ ਯਸ਼ੂ ਮਸੀਹ ਆ ਜਿਹੜਾ ਸਭ ਨੂੰ ਆਰਾਮ ਤੁਹਾਡੇ ਪਿੰਡ ਦੇ ਵਿੱਚ ਪ੍ਰੇਅਰ ਮੀਟਿੰਗ ਦੇ ਨਾਲ ਪਿੰਡ ਨਾਲ ਦੇ ਪਿੰਡ ਵਿੱਚ ਆਵਾਜ਼ ਆ ਰਹੀ ਸੀ ਆਵਾਜ਼ ਆ ਰਹੀ ਸੀ ਰਾਤ ਨੂੰ ਅਤੇ ਮੇਰੀ ਮੰਮੀ ਨੇ ਸੁਣਿਆ ਮੇਰੀ ਮੰਮੀ ਨੇ ਡੈਡੀ ਨੂੰ ਕਹਿੰਦੇ ਹਨ ਕਹਿੰਦੀ ਮੈਨੂੰ ਮੈਂ ਉੱਥੇ ਜਾਣਾ ਮੈਨੂੰ ਲੈ ਕੇ ਚੱਲ ਮੇਰੇ ਡੈਡੀ ਕਹਿੰਦੇ ਤੁਹਾਨੂੰ ਪਤਾ ਜਿੱਦਾਂ ਸਿੱਖ ਪਰਿਵਾਰ 'ਚੋਂ ਨਹੀਂ ਅਸੀਂ ਨਹੀਂ ਜਾਣਾ ਕਹਿੰਦੇ ਆਪਾਂ ਉਹਦਾ ਮਸੀਹ ਆ ਕਹਿੰਦੇ ਹਸਾਈ ਕਹਿੰਦੇ ਇੰਡੀਆ 'ਚ ਹੈ ਨਾ ਕਹਿੰਦੇ ਹਸਾਈ ਆ ਨੋ ਅਸੀਂ ਨਹੀਂ ਜਾਣਾ ਚੰਗੇ ਨਹੀਂ ਲੱਗਦੇ ਕਹਿਣਾ ਉਹ ਜੱਟ ਉੱਥੇ ਫਿਰਦੇ ਆ ਜਿੱਦਾਂ ਅਤੇ ਮੰਮੀ ਕਹਿੰਦੀ ਆਪਾਂ ਸਾਰੇ ਪਾਸੇ ਜਾਂ ਬਾਬਿਆਂ ਦੇ ਵੀ ਗਏ ਹਾਂ ਸਾਰੇ ਗਏ ਹਾਂ ਅਤੇ ਆਪਾਂ ਕਿਉਂ ਨਾ ਟਰਾਈ ਕਰੀਏ ਹੁਣ ਕਹਿ ਕਹਿ ਕੇ ਮੈਂ ਡੈਡ ਨੂੰ ਮਨਾ ਲਿਆ ਹਾਂਜੀ ਅਤੇ ਫਿਰ ਤੈਨੂੰ ਯਾਦ ਆ ਮੈਨੂੰ ਯਾਦ ਆ ਅਤੇ ਮੈਂ ਛੋਟੀ ਜਿਹੀ ਮੈਨੂੰ ਯਾਦ ਆ ਕਿਉਂਕਿ ਚੰਗੀ ਮੈਮਰੀ ਕਈ ਵਾਰ ਭੁੱਲ ਜਾਂਦੀ ਫਿਰ ਤੁਹਾਨੂੰ ਇੱਦਾਂ ਦੀਆਂ ਹੈ ਨਾ ਜਿੱਦਾਂ ਜੋ ਵੀ ਔਖਾ ਟਾਈਮ ਯਾਦ ਰਹਿੰਦਾ ਕਹਿੰਦੇ ਯਾਦ ਰੱਖਣਾ ਚਾਹੀਦਾ ਯਾ ਤਾਂ ਫਿਰ ਮਨਾ ਲਿਆ ਫਿਰ ਗਏ ਫਿਰ ਹੌਲੀ 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 ਜਿੱਦਾਂ ਉੱਥੇ ਪਾਸਟਰ ਪ੍ਰੇਅਰ ਕਰਦੇ ਸੀਗੇ ਤੁਸੀਂ ਫਿਰ ਗਏ ਉਸੇ ਰਾਤ ਨਹੀਂ ਉਸੇ ਰਾਤ ਨਹੀਂ ਗਏ ਉਹ
ਫਿਰ ਤੁਸੀਂ ਗਏ ਫਿਰ ਗਏ ਤੇ ਵੀ ਉੱਥੇ ਜਿੱਦਾਂ ਦੇਖਿਆ ਵੀ ਉੱਥੇ ਪ੍ਰੇਅਰ ਕਰਦੇ ਉੱਥੇ ਕੁਛ ਹੋਰ ਨਹੀਂ ਇੱਦਾਂ ਜਾਦੂ ਟੂਣਾ ਕੁਛ ਨਹੀਂ ਕਰਦੇ ਕਿਸੇ ਦਾ ਇਹ ਨਹੀਂ ਕਹਿੰਦੇ ਕੀ ਕਰਦੇ ਸੀ ਕੀ ਸੀਨ ਕੀ ਹੈ ਮੈਨੂੰ ਦੱਸੋ ਉੱਥੇ ਸਟੇਜ ਲੱਗੀ ਹੋਈ ਸੀ ਅਤੇ ਲੋਕ ਖੜ੍ਹੇ ਸੀਗੇ ਜਿੱਦਾਂ ਕਿੰਨੀ ਦੁਨੀਆ ਸੀਗੀ ਅਤੇ ਪ੍ਰੇਅਰ ਕਰਦੇ ਸੀ ਪਹਿਲਾਂ ਵਰਸ਼ਿਪ ਕੀਤੀ ਉਹਨਾਂ ਨੇ ਗੀਤ ਭਜਨ ਗਾਏ ਫਿਰ ਇੱਕ ਪਾਸਟਰ ਜੀ ਨੇ ਵਚਨ ਸੁਣਾਇਆ ਬਾਈਬਲ ਵਿੱਚ ਅਤੇ ਫਿਰ ਉਹਨਾਂ ਨੇ ਕਿਹਾ ਜੀ ਕਿਸੇ ਨੂੰ ਦੁਆ ਪ੍ਰਾਰਥਨਾ ਲੋੜ ਉਹ ਵੀ ਕਰਾਓ ਅਤੇ ਫਿਰ ਇਹਨਾਂ ਨੇ ਮੇਰੀ ਮੰਮੀ ਅੱਗੇ ਗਈ ਉਹਨੇ ਵੀ ਕਰਾਈ ਅਤੇ ਉਹਨੂੰ ਜਿੱਦਾਂ ਸ਼ਾਂਤੀ ਜੀ ਮਿਲੀ ਉੱਥੇ ਸ਼ਾਂਤੀ ਮਿਲੀ ਉਹਨੂੰ ਇਹ ਨਹੀਂ ਮੈਂ ਕਹਿੰਦੀ ਉਹਨੂੰ ਸਟ੍ਰੇਟ ਵੇ ਫਰਕ ਪੈ ਗਿਆ ਕਿਉਂਕਿ ਇੱਦਾਂ ਇੰਨੀਆਂ ਜਿਹੜੀਆਂ ਇੰਨੇ ਚਿਰ ਸਾਲਾਂ ਦੀ ਆ ਬਿਮਾਰੀ ਜਾਂ ਕੁਛ ਵੀ ਕਹਿ ਲਓ ਈਵਲ ਸਪਿਰਿਟ ਐਡੀ ਛੇਤੀ ਨਹੀਂ ਜਾਂਦੀਆਂ ਟਾਈਮ ਹੁੰਦਾ ਲੱਗਦਾ ਇਹਨਾਂ ਨੂੰ ਵੀ ਅਤੇ ਫਿਰ ਉਹਨਾਂ ਨੇ ਪ੍ਰਾਰਥਨਾ ਕੀਤੀ ਫਿਰ ਉਹ ਕਹਿੰਦੇ ਇੱਦਾਂ ਦੱਸਿਆ ਉਹਨਾਂ ਨੇ ਕਹਿੰਦੇ ਵੀ ਚਰਚ ਤੁਸੀਂ ਜਾਇਆ ਕਰੋ ਸੰਡੇ ਦੀ ਸੰਡੇ ਕਿਉਂਕਿ ਉੱਥੇ ਐਵਰੀ ਸੰਡੇ ਉੱਥੇ ਪ੍ਰੇਅਰ ਮੀਟਿੰਗ ਹੁੰਦੀ ਸੀਗੀ ਫਿਰ ਹੌਲੀ ਹੌਲੀ ਜਾਣ ਲੱਗੇ ਫਿਰ ਬਾਬਲ ਪੜ੍ਹਨੀ ਸਟਾਰਟ ਕੀਤੀ ਡੈਡੀ ਨੇ ਮਾਇੰਡ ਨਹੀਂ ਕੀਤਾ ਕਿਉਂਕਿ ਉਹਨੇ ਦੇਖਿਆ ਵੀ ਥੋੜ੍ਹਾ ਫਰਕ ਲੱਗਦਾ ਫਰਕ ਪੈਂਦਾ ਜਦੋਂ ਬੰਦੇ ਨੂੰ ਫਿਰ ਇੱਦਾਂ ਹੁੰਦਾ ਫਿਰ ਆਪਣੇ ਆਪ ਹੀ ਹੈ ਨਾ ਆਟੋਮੈਟਿਕਲੀ ਬਿਮਾਰਾਂ ਨੂੰ ਜਿੱਦਾਂ ਕਹਿੰਦੇ ਵੀ ਸ਼ਿਫਾ ਮਿਲਦੀ ਹੈਗੀ ਹੈ ਤਾਂ ਆਟੋਮੈਟਿਕਲੀ ਕਹਿੰਦੇ ਵੀ ਨਹੀਂ ਮੈਂ ਇੱਥੇ ਜਾਣਾ ਹੈਗਾ ਹਾਂਜੀ ਸੋ ਉਹਨਾਂ ਨੇ ਹੌਲੀ ਹੌਲੀ ਇਹ ਮਾਲੂਮ ਕੀਤਾ ਵੀ ਮੈਨੂੰ ਉਸ ਪ੍ਰਾਰਥਨਾ ਨਾਲ ਵੀ ਮੈਨੂੰ ਥੋੜ੍ਹਾ ਕੁ ਫਰਕ ਪਿਆ ਹੈਗਾ ਹਾਂਜੀ ਅੱਛਾ ਤਾਂ ਤੁਸੀਂ ਵੀ ਵਿਜ਼ੀਬਲੀ ਦੇਖਣ ਲੱਗ ਪਏ ਵੀ ਰਾਤ ਨੂੰ ਵੀ ਇਹ ਵੀ ਉੱਠਦੇ ਨਹੀਂ ਹੈਗੇ ਅੱਗੇ ਜਿਹਦੇ ਵਿੱਚ ਜਿੱਦਾਂ ਅੱਗੇ ਪਾਰ ਪੈਂਦਾ ਸੀਗਾ ਅਤੇ ਅੱਗੇ ਨੂੰ ਹੁਣ ਬਹੁਤ ਫਰਕ ਆ ਹੌਲੀ ਹੌਲੀ ਫਰਕ ਜਿੱਦਾਂ ਪੈਂਦਾ ਗਿਆ ਹਾਂਜੀ ਜੀ ਤਾਂ ਫਿਰ ਗਾਂ ਕੀ ਹੋਇਆ ਅਤੇ ਫਿਰ ਇੱਦਾਂ ਜਾਂਦੇ ਰਹੇ ਚਰਚ ਫਿਰ ਮੰਮੀ ਬਾਈਬਲ ਪੜ੍ਹਨ ਲੱਗ ਗਈ ਫਿਰ ਬਚਨਾਂ ਦੀ ਸਮਝ ਆਈ ਕਿਉਂਕਿ ਤੁਸੀਂ ਕਈ ਵਾਰ ਤੁਹਾਡੇ ਮਨ ਵਿੱਚ ਕੁਐਸਚਨ ਹੁੰਦਾ ਹਾਂਜੀ ਤੁਹਾਨੂੰ ਪਤਾ ਨਹੀਂ ਕੀ ਆਂਸਰ ਆ ਫਿਰ ਜਦੋਂ ਤੁਸੀਂ ਬਾਈਬਲ ਪੜ੍ਹਦੇ ਆ ਪ੍ਰਭੂ ਦੇ ਵੱਲੋਂ ਤੁਹਾਡੇ ਸਾਹਮਣੇ ਆਂਸਰ ਆ ਜਾਂਦਾ ਬਾਈਬਲ ਦੇ ਵਿੱਚੋਂ ਉਸ ਹੌਲੀ ਬਾਈਬਲ ਦੇ ਵਿੱਚ ਅਤੇ ਫਿਰ ਉਹਨੂੰ ਇੱਦਾਂ ਕਿੰਨੇ ਉਹਦੇ ਕੁਐਸਚਨ ਦਾ ਆਂਸਰ ਮਿਲਣ ਲੱਗ ਗਿਆ ਫਿਰ ਉਹਨੇ ਪ੍ਰਾਰਥਨਾ ਵਿੱਚ ਵੱਧਦੀ ਗਈ ਅਤੇ ਪਾਸਟਰ ਘਰ ਆਉਣ ਲੱਗੇ ਘਰ ਸੱਦਿਆ ਘਰੇ ਪ੍ਰੇਅਰ ਮੀਟਿੰਗ ਕਰਵਾਉਣੀ ਸਾਰਿਆਂ ਲਈ ਪ੍ਰਾਰਥਨਾ ਕਰਨੀ ਸਾਰਿਆਂ ਨੇ ਬੈਠ ਕੇ ਅਤੇ ਹੌਲੀ 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 ਪ੍ਰਭੂ ਨੇ ਸ਼ਿਫਾ ਦਿੱਤੇ ਠੀਕ ਹੋ ਹਾਂਜੀ ਸ਼ਿਫਾ ਦਿੱਤੀ ਪ੍ਰਭੂ ਨੇ ਹਾਂਜੀ ਸੋ ਇਹਦਾ ਮਤਲਬ ਵੀ ਮੰਮੀ ਠੀਕ ਹੋ ਗਈ ਮੰਮੀ ਠੀਕ ਹੋ ਗਈ ਤੇ ਫਿਰ ਸਾਡਾ ਵਿਸ਼ਵਾਸ ਉਹਨਾਂ ਹੀ ਹੋਰ ਪੱਕਾ ਹੁੰਦਾ ਗਿਆ ਹਾਂਜੀ ਤੇ ਡੈਡੀ ਵੀ ਮਤਲਬ ਵੀ ਉਹ ਵੀ ਕਹਿੰਦੇ ਹੁਣੇ ਵੀ ਹਾਂ ਵੀ ਬਿਲਕੁਲ ਠੀਕ ਹੋ ਗਈ ਹਾਂਜੀ ਯਾ ਮੇਰੇ ਡੈਡ ਨੇ ਹੁਣ ਬਪਤਿਸਮਾ ਲੈ ਲਿਆ ਲਾਸਟ ਈਅਰ ਅੱਛਾ ਹਾਂਜੀ ਪ੍ਰਭੂ ਨੂੰ ਪਾ ਲਿਆ ਹੁਣ ਬਾਈਬਲ ਪੜ੍ਹਦੇ ਉਹ ਵੀ ਅੱਛਾ ਜੀ ਪ੍ਰੇਅਰ ਕਰਦੇ ਆ ਤੁਸੀਂ ਵੀ ਮੈਂ ਜੀ ਹਾਂਜੀ ਮੈਂ ਫਿਰ ਜਿੱਦਾਂ ਮੈਂ 2007 ਵਿੱਚ ਇੱਥੇ ਆ ਗਈ ਫਿਰ ਮੈਂ ਇੱਥੇ ਚਰਚ ਜਾਣਾ ਸਟਾਰਟ ਕੀਤਾ ਅੱਛਾ ਸੋ ਤੁਸੀਂ ਇੰਗਲੈਂਡ ਤੋਂ ਆਉਣ ਤੋਂ ਪਹਿਲਾਂ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਜਾਣਦੇ ਸੀ ਪਾ ਲਿਆ ਸੀ ਤੁਸੀਂ ਤਾਂ ਤੁਸੀਂ ਇੱਥੇ ਆ ਕੇ ਫਿਰ ਚਰਚ ਫਿਰ ਮੈਂ ਚਰਚ ਜਾਣਾ ਸਟਾਰਟ ਕੀਤਾ ਫਿਰ ਜਿੱਦਾਂ ਫਿਰ ਇੱਥੇ ਪਾਸਟਰਾਂ ਦਾ ਸਰਮਨ ਸੁਣ ਕੇ ਬਾਈਬਲ 'ਚ ਜਿੱਦਾਂ ਸੁਣਾਉਂਦੇ ਆ ਹਾਂਜੀ ਅਤੇ ਫਿਰ ਵਿਸ਼ਵਾਸ ਹੋਰ ਵੱਧਦਾ ਗਿਆ ਪ੍ਰੇਅਰ ਵਿੱਚ ਉਹ ਕਹਿੰਦੇ ਪ੍ਰੇਅਰ ਕਰੋ ਪ੍ਰੇਅਰ ਕਰਨ ਵਿੱਚ ਫਿਰ ਥੋੜ੍ਹਾ ਹੋਰ ਟਾਈਮ ਸਪੈਂਡ ਕਰੋ ਥੋੜ੍ਹਾ ਹੋਰ ਕਰਦੇ 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 ਅਤੇ ਪ੍ਰਭੂ ਦੇ ਵਿੱਚ ਪੱਕੇ ਹੋ ਗਏ ਹੁਣ ਕਿਤੇ ਨਹੀਂ ਜਾਂਦੇ ਸੰਦੀਪ ਵੁੱਡ ਯੂ ਅਗਰੀ ਕਿ ਜਿੱਦਾਂ ਕਹਿੰਦੇ ਵੀ ਹਾਰਵੈਸਟ ਇਜ਼ ਰਾਈਪ ਵੀ ਕਣਕਾਂ ਜਿਹੜੀਆਂ ਪੱਕੀਆਂ ਹੋਈਆਂ ਤਾਂ ਕੱਟਣ ਵਾਲੇ ਥੋੜ੍ਹੇ ਆ ਹਾਂਜੀ ਜੀ ਇਹ ਵੀ ਗੱਲ ਸਹੀ ਕੀਤੀ ਤੁਸੀਂ ਬਹੁਤ ਸਹੀ ਕੀਤੀ ਕਿਉਂਕਿ ਲੋਕ ਤਾਂ ਜੇ ਅਸੀਂ ਬਚਨ ਸੁਣਾਵਾਂਗੇ ਲੋਕਾਂ ਨੂੰ ਤਾਂ ਆਪ ਹੀ ਤਾਂ ਹੀ ਜਾਣਨਗੇ ਜੇ ਸਾਡੀ ਹੁਣ ਜਿੱਦਾਂ ਕਹਿ ਲਓ ਮੇਰੀ ਗਵਾਹੀ ਆ ਜੇ ਮੈਂ ਕਿਸੇ ਨੂੰ ਦੱਸੂੰਗੀ ਨਹੀਂ ਤਾਂ ਕਿਸੇ ਨੂੰ ਕਿੱਦਾਂ ਪਤਾ ਲੱਗੂਗੀ ਲੋਕ ਪਰਮੇਸ਼ੁਰ ਨੂੰ ਦੁਨੀਆ ਲੱਭਣਾ ਚਾਹੁੰਦੀ ਲੱਭਦੀ ਫਿਰਦੀ ਆ ਪਰ ਉਹਨਾਂ ਨੂੰ ਸਹੀ ਪਤਾ ਨਹੀਂ ਲੱਗਦਾ ਕਿ ਪਰਮੇਸ਼ੁਰ ਕਿੱਥੇ ਆ ਲੋਕ ਟਰਾਈ ਕਰਦੇ ਜਿੱਦਾਂ ਅਸੀਂ ਵੀ ਥਾਂ ਥਾਂ ਧੱਕੇ ਖਾ ਕੇ ਫਿਰ ਹੀ ਆਏ ਅਤੇ ਹੁਣ ਮੈਂ ਪਰਮੇਸ਼ੁਰ ਜਿੱਦਾਂ ਜਦੋਂ ਅਸੀਂ ਪਰਮੇਸ਼ੁਰ ਨੂੰ ਲੋਕਾਂ ਨੂੰ ਦੱਸਾਂਗੇ ਕਿ ਕਿਹੜਾ ਸੱਚਾ ਪਰਮੇਸ਼ੁਰ ਆ ਲੋਕ ਐਕਸਪੀਰੀਅੰਸ ਕਰਨਗੇ ਅਤੇ ਆਪੇ ਪਰਮੇਸ਼ੁਰ ਨੂੰ ਪਾਉਣਗੇ ਅਤੇ ਸਾਨੂੰ ਪ੍ਰਭੂ ਦੀ ਖੁਸ਼ਖਬਰੀ ਸਾਂਝੀ ਕਰਨੀ ਚਾਹੀਦੀ ਮੇਰਾ ਖਿਆਲ ਆ ਲੋਕਾਂ ਦੇ ਨਾਲ ਸਾਨੂੰ ਗਵਾਹੀ ਦੱਸਣੀ ਚਾਹੀਦੀ ਆ ਕਿ ਪ੍ਰਭੂ ਕਿੱਦਾਂ ਲੋਕਾਂ ਦੇ ਜੀਵਨ ਨਾਲ ਸਾਡੇ ਜੀਵਨਾਂ ਵਿੱਚ ਕੰਮ ਕਰਦਾ ਅਤੇ ਬਾਕੀਆਂ ਦੇ ਜੀਵਨਾਂ 'ਚ ਕੰਮ ਕਰਨ ਲਈ ਵੀ ਤਿਆਰ ਆ ਕਿਉਂਕਿ ਪਰਮੇਸ਼ੁਰ ਕਿਸੇ ਇਕੱਲੀ ਨਹੀਂ ਆਇਆ ਉਹ ਤਾਂ ਸਾਰੀ ਦੁਨੀਆ ਲਈ ਆਇਆ ਜੇ ਤਾਂ ਸੰਦੀਪ ਫੇ ਇਹਦਾ ਮਤਲਬ ਵੀ ਤੁਸੀਂ ਖੁਦਾਵੰਦ ਯਿਸੂ ਮਸੀਹ ਨਾਲ ਪਿਆਰ ਕਰਨ ਲੱਗ ਪਏ ਠੀਕ ਹੈ ਨਾ ਤਾਂ ਤੁਸੀਂ ਹੁਣ ਦੂਸਰਿਆਂ ਨੂੰ ਵੀ ਦੱਸਦੇ ਹੈਗੇ ਆ ਵੀ ਆਹ ਰਸਤਾ ਹੈਗਾ ਤਾਂ ਵੀ ਤੁਸੀਂ ਵੀ ਜੇ ਪਾਉਣਾ ਹੈਗਾ ਤਾਂ ਵੀ ਤੁਸੀਂ ਵੀ ਪਾ ਸਕਦੇ ਹੈਗੇ ਆ ਤਾਂ ਆਪਣੇ ਬੱਚੇ ਦੱਸੋ ਪੈਦਾਇਸ਼ ਇਹਨਾਂ ਦੀ ਕਦੋਂ ਹੋਈ ਇੱਕ ਦੋ ਬੱਚੇ ਆ ਪਰਮੇਸ਼ੁਰ ਨੇ ਇਹ ਵੀ ਪਰਮੇਸ਼ੁਰ ਦੀ ਬਹੁਤ ਵੱਡੀ ਗਵਾਹੀ ਆ ਦੇਣ ਵਾਲੀ ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਨੂੰ ਦੱਸ ਕੇ ਦਿੱਤੇ ਆ ਅੱਛਾ ਮੇਰੇ ਕੋਲ ਦੋ ਬੱਚੇ ਆ ਪਰਮੇਸ਼ੁਰ ਨੇ ਪਹਿਲਾਂ ਮੈਂ ਹਜੇ ਕੋਈ ਮੈਂ ਕਨਸੀਵ ਨਹੀਂ ਕੀਤਾ ਸੀ ਬੇਬੀ ਪਰਮੇਸ਼ੁਰ ਨੇ ਪਹਿਲਾਂ ਦੱਸਿਆ ਮੇਰੇ ਮੰਮੀ ਡੈਡੀ ਨੂੰ ਕਿ ਤੁਹਾਡੀ ਬੇਟੀ ਦੇ ਦੋ ਬੱਚੇ ਹੋਣੇ ਆ ਅੱਛਾ ਇਹ ਲਾਈਕ 2007 'ਚ ਵੈਡਿੰਗ ਹੋਈ ਅਤੇ ਪਰਮੇਸ਼ੁਰ ਨੇ 2008 'ਚ ਦੱਸਿਆ ਅਤੇ ਮੇਰਾ ਫਸਟ ਬੇਬੀ ਰਾਇਨ ਹੀ ਇਜ਼ 9 ਨਾਓ ਅੱਛਾ ਇਹ ਬੋਰਨ 2009 ਹਾਂਜੀ ਹੋਇਆ ਅਤੇ ਲਿਟਲ ਜੈਸਨ ਇਹ ਬੋਰਨ 2014 ਹਾਂਜੀ ਜੀ
ਸੋ ਦੋ ਖੁਦਾ ਨੇ ਤੁਹਾਨੂੰ ਗਿਫਟ ਬਹੁਤ ਅੱਛੇ ਦਿੱਤੇ ਹੈਗੇ, ਪ੍ਰਭੂ ਦੀਆਂ ਬਰਕਤਾਂ। ਹਾਂਜੀ, ਇਹਦਾ ਮਤਲਬ ਵੀ ਖੁਦਾਵੰਦ ਦੁਆਵਾਂ ਸੁਣਦਾ ਹੈਗਾ। ਜ਼ਰੂਰ ਜੀ। ਤਾਂ ਜਿਹੜੀ ਤੁਹਾਡੀ ਟੈਸਟਮਨੀ ਉਹ ਤੁਹਾਡਾ ਸਰਮਨ ਹੈ। ਹਾਂਜੀ, ਤੁਸੀਂ ਹੁਣ ਹਰੇਕ ਪਾਸੇ ਦੱਸਦੇ ਹੈਗੇ। ਤਾਂ ਸੰਦੀਪ, ਡਸ ਹੀ ਪ੍ਰੋਵਾਈਡ ਆਲ ਯੂਰ ਨੀਡਸ? ਬਿਕੋਜ਼ ਜਦੋਂ ਇਹ ਤਾਂ ਠੀਕ ਹੈ ਕਿ ਆਪਾਂ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਆ ਜਾਂਦੇ ਹੈਗੇ ਹਾਂ, ਇਹਦਾ ਮਤਲਬ ਨਹੀਂ ਆ ਕਿ ਆਪਣੇ ਉੱਤੇ ਦੁੱਖ, ਬਿਮਾਰੀਆਂ, ਤਕਲੀਫਾਂ, ਗਮ, ਬੋਝ ਨਹੀਂ ਆਉਣਗੇ। ਤਕਲੀਫਾਂ ਆਉਣਗੀਆਂ, ਸਿਚੁਏਸ਼ਨਸ ਆਉਣਗੀਆਂ, ਪਰ ਖੁਦਾਵੰਦ ਕਹਿੰਦਾ ਮੈਂ ਤੁਹਾਨੂੰ ਕਦੀ ਵੀ ਇਕੱਲੇ ਨਹੀਂ ਛੱਡਾਂਗਾ, ਮੈਂ ਤੁਹਾਡੇ ਸਾਥ ਹੋਊਂਗਾ। ਹਾਂਜੀ। ਤਾਂ ਤੁਹਾਡੇ ਵਿੱਚ ਵੀ ਮਤਲਬ ਵੀ ਤੇਰੇ ਉੱਤੇ ਆਈਆਂ ਹੋਣੀਆਂ ਮੁਸੀਬਤਾਂ ਵੀ? ਹਾਂਜੀ, ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਵਾ, ਤਾਂ ਜੇ ਬੰਦੇ ਦੇ ਦੁੱਖ ਹੀ ਨਾ ਆਵੇ ਤਾਂ ਪ੍ਰਭੂ ਨੂੰ ਕਿੱਦਾਂ ਭਾਲੇ। ਸਾਡੇ ਤਾਂ ਮੇਰੀ ਮੰਮੀ 'ਤੇ ਦੁੱਖ ਆਇਆ ਅਤੇ ਅਸੀਂ ਪ੍ਰਭੂ ਨੂੰ ਪਾਇਆ ਬਹੁਤ। ਹਾਂਜੀ, ਅਤੇ ਜੈਸ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਆ, ਪਰ ਮੇਰਾ ਇਹ ਆ ਸੋ ਕਿ ਪ੍ਰਭੂ 'ਚ ਬਣੇ ਰਹਿਣਾ, ਕਿਉਂਕਿ ਪ੍ਰਭੂ ਬਰਕਤਾਂ ਦਿੰਦਾ, ਦੁੱਖ ਆਉਂਦਾ ਪਰ ਪ੍ਰਭੂ ਤੁਹਾਨੂੰ ਉਹਨਾਂ ਤੋਂ ਬਚਾਉਂਦਾ। ਕਿੰਨੀਆਂ ਹਜੇ ਵੀ ਆ ਜਾਂਦੀਆਂ ਪ੍ਰੋਬਲਮਾਂ, ਪਰ ਮੈਂ ਕੀ ਕਰਦੀ, ਮੈਂ ਪ੍ਰੇਅ ਕਰਦੀ ਹੁੰਦੀ, ਅਤੇ ਮੈਂ ਪਾਸਟਰ ਜੀ ਨੂੰ ਆਪਣੇ ਨੂੰ ਕਹਿੰਦੀ ਹੁੰਦੀ ਹਾਂ ਚਰਚ ਵਿੱਚ ਕਿ ਸਾਡੇ ਲਈ ਪ੍ਰੇਅਰ ਕਰੋ, ਅਤੇ ਪ੍ਰਭੂ ਪ੍ਰਾਰਥਨਾ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ, ਅਤੇ ਜੇ ਦੁੱਖ ਆਉਂਦਾ ਵੀ ਆ ਅਤੇ ਦੇਰ ਤੱਕ ਨਹੀਂ ਰਹਿੰਦਾ, ਪ੍ਰਭੂ ਦੀ ਸ਼ਾਂਤੀ, ਪ੍ਰਭੂ ਦਾ ਸਕੂਨ ਸਦਾ ਲਈ ਹੁੰਦਾ। ਹਾਂਜੀ। ਸੋ ਇੱਕ ਹੋਰ ਚੀਜ਼ ਮੈਂ ਇਨਲਾਈਟਨ ਕਰਨਾ ਚਾਹੁੰਦਾ ਹੈਗਾ ਕਿ ਜਦੋਂ ਤੁਸੀਂ ਸਾਰਾ ਪਰਿਵਾਰ ਜਿੱਦਾਂ ਕਹਿੰਦੇ ਹੁੰਦੇ ਮਸੀਹ ਦੇ ਵਿੱਚ ਆ ਗਏ, ਹਾਂਜੀ, ਤਾਂ ਟਾਣੇ ਪੈਂਦੇ ਹੋਏ ਥੋੜ੍ਹਾ ਥੋੜ੍ਹਾ ਵੀ, ਮਤਲਬ ਦੁਨੀਆ ਕਹਿੰਦੀ ਵੀ ਆਹ ਤੁਸੀਂ ਕੀ ਕਰ ਲਿਆ, ਤੁਸੀਂ ਕਿੱਧਰ ਨੂੰ ਚਲੇ ਗਏ, ਹਾਂਜੀ, ਤੁਸੀਂ ਗਲਤ ਰਸਤੇ ਚਲੇ ਗਏ ਜੀ, ਅਤੇ ਤੁਹਾਡਾ ਵੀ ਹੋਇਆ? ਹਾਂਜੀ, ਕਿਉਂਕਿ ਮੇਰੀ ਫੈਮਿਲੀ ਵਿੱਚ, ਮੇਰੇ ਘਰਾਣੇ ਵਿੱਚ ਅਸੀਂ ਪਹਿਲੇ ਸੀਗੇ ਜਿਹੜੇ ਪ੍ਰਭੂ ਵਿੱਚ ਆਏ, ਹਜੇ ਵੀ ਮੇਰਾ ਇੱਕ ਮਾਮਾ ਉਹਦੇ ਫੈਮਿਲੀ ਉਹ ਪ੍ਰਭੂ 'ਚ ਆ ਗਿਆ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ, ਬਾਕੀ ਸਾਰੇ ਹਜੇ ਵੀ ਜਾਂਦੇ ਗੁਰਦੁਆਰੇ 'ਚ ਜਾਂਦੇ ਆ, ਸਿੱਖ ਕਹਿੰਦੇ ਅਸੀਂ ਸਿੱਖ ਆ ਕਹਿ ਦਿੰਦੇ ਆ, ਪਰ ਮੈਂ ਕਹਿੰਦੀ ਹਾਂ ਅਸੀਂ ਪ੍ਰਭੂ ਨੂੰ ਜਾਣਿਆ, ਪ੍ਰਭੂ ਤੁਹਾਡਾ ਵੀ ਭਲਾ ਕਰੇ, ਕਿਉਂਕਿ ਲੋਕ ਕਹਿ ਦਿੰਦੇ ਉਹ ਤੁਸੀਂ ਮਸੀਹ ਬਣ ਗਏ, ਤੁਸੀਂ ਧਰਮ ਚੇਂਜ ਕਰ ਲਿਆ, ਜੇ ਤੁਸੀਂ ਪ੍ਰਭੂ ਨੂੰ ਮੰਨਦੇ ਆ ਉਹਦੇ 'ਤੇ ਵਿਸ਼ਵਾਸ ਕਰਦੇ, ਇਹਦੇ ਨਾਲ ਇਹ ਨਹੀਂ ਕਿ ਤੁਹਾਡਾ ਧਰਮ ਚੇਂਜ ਹੋ ਜਾਂਦਾ, ਇਹ ਤਾਂ ਤੁਸੀਂ ਤੁਹਾਡਾ ਵਿਸ਼ਵਾਸ ਆ ਕਿ ਤੁਸੀਂ ਸੱਚੇ ਪਰਮੇਸ਼ਵਰ ਨੂੰ ਪਾ ਲਿਆ, ਕਿਉਂਕਿ ਸੱਚਾ ਸਾਰਿਆਂ ਕਹਿ ਲਓ ਗੁਰੂ ਦਾ ਬਹੁਤ ਆ, ਹੈ ਨਾ, ਸਾਰੇ ਕਹਿੰਦੇ ਅੱਡ ਅੱਡ ਗੋਡ ਆ, ਪਰ ਪਰਮੇਸ਼ਵਰ ਇਹ ਯਿਸੂ ਮਸੀਹ ਆ ਜਿਹਦੇ ਦੁਆਰਾ ਤੁਸੀਂ ਸਵਰਗ ਵਿੱਚ ਦਾਖਲ ਹੋ ਸਕਦੇ ਆ, ਰੱਬ ਦੇ ਘਰ 'ਚ ਜਾਣ ਦਾ, ਸਵਰਗ ਵਿੱਚ ਜਾਣ ਦਾ ਇੱਕੋ ਇੱਕ ਰਸਤਾ ਪਰਮੇਸ਼ਵਰ ਯਿਸੂ ਮਸੀਹ ਆ, ਅਤੇ ਤੁਸੀਂ ਯਹੋਵਾ ਨੂੰ ਮਿਲ ਸਕਦੇ ਆ। ਹਾਂਜੀ, ਉਹ ਐਕਚੁਲੀ ਜੇ ਜੋ ਕੁਛ ਤੁਸੀਂ ਕਹਿ ਰਹੇ ਹੈਗੇ ਉਹ ਇਹ ਹੈ ਕਿ ਜਿਹੜਾ ਖੁਦਾਵੰਦ ਯਿਸੂ ਹੈ ਉਹ ਦਿਲ ਚੇਂਜ ਕਰਦਾ, ਦਿਲ ਚੇਂਜ ਕਰਦਾ। ਹਾਂਜੀ, ਧਰਮ ਨਹੀਂ ਚੇਂਜ ਕਰਦਾ, ਧਰਮ ਨਹੀਂ ਚੇਂਜ ਕਰਦਾ, ਵੀ ਬਾਹਰਲੀ ਸ਼ਕਲ ਉਦਾਂ ਹੀ ਆ। ਹਾਂਜੀ, ਸਾਰਾ ਕੁਛ ਉਦਾਂ ਹੀ, ਪਰ ਤੁਹਾਡਾ ਦਿਲ ਚੇਂਜ ਕਰਦਾ, ਤੁਹਾਡੇ ਦਿਲ 'ਚ ਪਿਆਰ ਭਰਦਾ, ਸ਼ਾਂਤੀ ਦਿੰਦਾ ਤੁਹਾਨੂੰ। ਸਹੀ ਗੱਲ ਹੈ। ਸੋ ਤੁਸੀਂ ਬਪਤਿਸਮਾ ਵੀ ਲੈ ਲਿਆ? ਹਾਂਜੀ, ਮੈਂ 2013 ਵਿੱਚ ਬਪਤਿਸਮਾ ਲਿਆ ਸੀ, ਇੱਥੇ ਆ ਕੇ ਲਿਆ ਸੀ ਮੈਂ। ਕਿੱਦਾਂ ਫੀਲ ਕੀਤਾ ਸੀ? ਇਟ ਵਾਸ ਰੀਅਲੀ ਨਾਈਸ, ਮੈਂ ਜਿੱਦਾਂ ਬਹੁਤ ਖੁਸ਼ ਸੀਗੀ, ਮੈਂ ਜਿੱਦਾਂ ਖੁਸ਼ੀ ਦੇ ਨਾਲ ਮੇਰੇ ਕੋਲ ਕੰਟਰੋਲ ਨਹੀਂ, ਮੈਂ ਭੱਜੀ ਫਿਰਦੀ ਜੰਪ ਕਰਦੀ, ਜਿੱਦਾਂ ਬਹੁਤ ਜ਼ਿਆਦਾ ਸਕੂਨ ਸੀਗਾ, ਅਤੇ ਉਸ ਵੇਲੇ ਵੀ ਮੇਰੇ ਜੀਵਨ ਵਿੱਚ ਇੱਕ ਬਹੁਤ ਵੱਡੀ ਗਵਾਹੀ ਬਣੀ ਸੀਗੀ। ਅੱਛਾ, ਹਾਂਜੀ, ਸੁਣਨਾ ਚਾਹੋਗੇ? ਹਾਂ, ਮੈਂ ਸੁਣਨਾ ਚਾਹੁੰਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਮੈਂ ਮੇਰਾ ਛੋਟਾ ਬੋਏ ਜੈਸਨ 2014 'ਚ ਬੋਰਨ ਹੋਇਆ, ਅਤੇ ਮੈਂ ਬਪਤਿਸਮਾ ਲਿਆ ਸੀ 2013 'ਚ। ਉਦੋਂ ਪਹਿਲਾਂ ਜਿੱਦਾਂ ਅਸੀਂ ਪਲੈਨ ਨਹੀਂ ਕੀਤਾ ਸੀ ਬੇਬੀ, ਹਜੇ ਉੱਦਾਂ ਹੀ ਬੈਠੇ ਬੈਠੇ ਇੱਕ ਦਿਨ ਮੇਰੇ ਦਿਲ 'ਚ ਖਿਆਲ ਆਇਆ, ਮੈਂ ਕਿਹਾ ਪ੍ਰਭੂ ਜੀ, ਮੈਂ ਪ੍ਰਾਰਥਨਾ ਕਰਦੀ, ਮੈਂ ਕਿਹਾ ਪ੍ਰਭੂ ਜੀ ਕਿੰਨਾ ਚੰਗਾ ਹੋਵੇ ਵੀ ਜਦੋਂ ਜਦੋਂ ਮੈਂ ਦੂਜਾ ਬੇਬੀਸ ਲੈਣਾ ਹੋਵੇ ਸੈਕਿੰਡ, ਅਤੇ ਮੈਂ ਬਪਤਿਸਮਾ ਲਵਾਂ, ਅਤੇ ਉਸੇ ਟਾਈਮ ਮੈਂ ਜਿੱਦਾਂ ਕੰਸੀਵ ਵੀ ਕਰਾਂ, ਕੰਸੀਵ ਵੀ ਕਰਾਂ, ਅਤੇ ਉਹ ਵੀ ਮੇਰੇ ਨਾਲ ਬਲੈਸਡ ਹੋਵੇ, ਬੋਰਨ ਹੋਣ ਤੋਂ ਪਹਿਲਾਂ ਹੀ ਉਹਨੂੰ ਬਲੈਸਿੰਗ ਮਿਲਣ ਤੁਹਾਡੀਆਂ। ਬਹੁਤ ਅੱਛੀ ਸੋਚ। ਹਾਂਜੀ, ਮੈਂ ਉਹਦੇ ਸੋਚਿਆ ਅਤੇ ਮੈਂ ਭੁੱਲ ਵੀ ਗਈ, ਫਿਰ ਬਾਅਦ ਵਿੱਚ ਥੋੜ੍ਹੇ ਦਿਨਾਂ ਬਾਅਦ ਕਈ ਵਾਰੀ ਆਪਾਂ ਸੋਚ ਲਈਦਾ ਅਤੇ ਬਾਅਦ 'ਚ ਤੁਹਾਡੇ ਮਾਇੰਡ 'ਚੋਂ ਨਿਕਲ ਜਾਂਦਾ, ਅਤੇ ਫਿਰ ਮੈਂ ਲਿਆ ਨਵੰਬਰ ਵਿੱਚ, ਮੈਂ ਬੈਪਟਾਈਜ਼ ਹੋਈ, ਅਤੇ ਵੀਕ ਬਾਅਦ ਵਿੱਚ ਮੈਂ ਟੈਸਟ ਕੀਤਾ, ਪੋਜ਼ਿਟਿਵ ਸੀਗਾ, ਆਈ ਵਾਸ ਪ੍ਰੈਗਨੈਂਟ। ਸੋ ਫਿਰ ਮੇਰੀ ਪੂਰੀ ਕੀਤੀ, ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣੀ, ਮੇਰੇ ਦਿਲ ਦੀ ਸੁਣੀ, ਅਤੇ ਉਹਨਾਂ ਨੇ ਪੂਰੀ ਕੀਤੀ। ਹਾਂਜੀ, ਸੋ ਅਸੀਂ ਦੋਨਾਂ ਨੇ ਸੇਮ ਟਾਈਮ ਬਪਤਿਸਮਾ ਲਿਆ। ਹਾਂਜੀ, ਉਹਦੇ ਜਿਹੜੇ ਪਲਾਨ ਹੈਗੇ ਉਹ ਬੜੇ ਨਿਆਰੇ ਹੈਗੇ ਆ, ਬਹੁਤ ਨਿਆਰੇ ਹੈਗੇ ਆ। ਸੋ ਪੇਰੈਂਟਸ ਉਹ ਵੀ ਬੈਪਟਾਈਜ਼ਡ ਹੈਗੇ ਆ? ਹਾਂਜੀ, ਮੇਰੇ ਬ੍ਰਦਰ ਨੇ ਵੀ ਬਪਤਿਸਮਾ ਲਿਆ ਹੋਇਆ। ਹਾਂਜੀ, ਉਹਨੇ ਵੀ ਲਿਆ ਹੋਇਆ। ਤਾਂ ਕਿਦਾਂ ਬ੍ਰਦਰ ਇਜ਼ ਬੈਪਟਾਈਜ਼ਡ? ਹਾਂਜੀ, ਉਹਨਾਂ ਨੇ ਵੀ। ਅੱਛਾ ਅੱਛਾ। ਸੋ ਮੈਂ ਚਾਹੁੰਦਾ ਹੈਗਾ ਕਿ ਸੰਦੀਪ ਤੁਸੀਂ ਸ਼ੇਅਰ ਕਰੋ ਕਿ ਇਸ ਵੇਲੇ ਆਪਣੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਹੋਏ ਹੈਗੇ ਆ, ਔਰ ਮੈਨੂੰ ਪਤਾ ਹੈਗਾ ਕਿ ਪੰਜਾਬ ਤਾਂ ਬਹੁਤ ਪਿਆ ਹੈ ਆਪਣਾ ਭੈਣ ਭਰਾ, ਜਿਹਨਾਂ ਨਾਲ ਆਪਾਂ ਬਹੁਤ ਪਿਆਰ ਕਰਦੇ ਹਾਂ, ਕਿ ਜਿਹਨਾਂ ਨੂੰ ਜਿੱਦਾਂ ਮੈਂ ਤਾਂ ਇਹ ਹਮੇਸ਼ਾ ਇੱਦਾਂ ਕਹਿੰਦਾ ਹੁੰਦਾ ਕਿ ਜੇ ਮੈਂ ਦੱਸਣਾ ਹੋਵੇ ਭੈਣ ਭਰਾਵਾਂ ਨੂੰ, ਤਾਂ ਮੈਂ ਉਹਨਾਂ ਨੂੰ ਇਹ ਕਹਾਂਗੇ ਅਸੀਂ ਭੁੱਖੇ ਸੀਗੇ,
ਸਾਡੇ ਕੋਲ ਰੋਟੀ ਹੈ ਨਹੀਂ ਸੀ, ਹਾਂਜੀ, ਅਸੀਂ ਮੰਗਦੇ ਫਿਰਦੇ ਸੀਗੇ, ਹਾਂਜੀ, ਪਰ ਖੁਦਾਵੰਦ ਯਿਸੂ ਮਸੀਹ ਸਾਨੂੰ ਰੋਟੀ ਦੇ ਗਿਆ। ਉਹ ਰੋਟੀ ਜਿਹੜੀ ਹੈਗੀ ਉਹ ਜੀਵਨ ਜਿਹੜਾ ਹੈ ਨਾ, ਉਹ ਜੀਵਨ ਦੀ ਰੋਟੀ ਹੈ, ਜਿਹੜਾ ਉਹਦਾ ਪਾਣੀ ਹੈਗਾ ਹੈ ਨਾ, ਉਹ ਇੰਨਾ ਮਿੱਠਾ ਹੈਗਾ ਕਿ ਇੱਕ ਵਾਰੀ ਆਪਾਂ ਪੀ ਲੈਂਦੇ ਤਾਂ ਆਪਾਂ ਨੂੰ ਪਿਆਸ ਨਹੀਂ ਲੱਗਦੀ। ਤਾਂ ਰੋਟੀ ਵੀ ਜਿਹੜੀ ਉਹ ਜਿੱਦਾਂ ਕਹਿੰਦੇ ਇਟਸ ਬ੍ਰੈਡ ਆਫ ਲਾਈਫ, ਹਾਂਜੀ। ਤਾਂ ਅਸੀਂ ਇਹ ਗਵਾਹੀ ਦਿੰਦੇ ਹੈਗੇ ਕਿ ਜੇ ਸਾਨੂੰ ਵੀ ਮਿਲ ਗਈ ਆ ਤਾਂ ਕਿਉਂ ਨਹੀਂ ਤੁਸੀਂ ਵੀ ਲਓ। ਔਰ ਦੂਸਰੀ ਗੱਲ ਇਹ ਕਿ ਆਪਾਂ ਨੂੰ ਦੱਸਿਆ ਗਿਆ ਹੈਗਾ ਕਿ ਜੇ ਤੁਸੀਂ ਮੇਰੇ ਨਾਲ ਆ ਗਏ ਹੈਗੇ, ਹੁਣ ਤੁਸੀਂ ਦੂਸਰਿਆਂ ਨੂੰ ਵੀ ਦੱਸੋ, ਆਪਣੇ ਤੱਕ ਹੀ ਨਾ ਰੱਖੋ, ਬਾਕੀਆਂ ਨੂੰ ਵੀ ਦੱਸੋ, ਬਾਕੀਆਂ ਨੂੰ ਵੀ ਦੱਸੋ। ਸੋ ਮੈਂ ਚਾਹੁੰਦਾ ਹੈਗਾ ਕਿ ਸੰਦੀਪ ਜੀ ਤੁਸੀਂ ਜਿੰਨੇ ਵੀ ਸੁਣਦੇ ਹੈਗੇ, ਸ਼ਾਇਦ ਤੁਸੀਂ ਤੁਹਾਡੇ ਖੁਦਾ ਨੇ ਤੁਹਾਡੇ ਦਿਲ ਦੇ ਵਿੱਚ ਕੁਛ ਪਾਇਆ ਹੋਵੇ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ। ਜੀ ਜ਼ਰੂਰ। ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਲਾਮ ਜੈਮ ਸਿੰਘ ਦੀ, ਪ੍ਰਭੂ ਯਸ਼ੂ ਨਾਸਰੀ ਦੇ ਮੁਬਾਰਕ ਨਾਂ ਵਿੱਚ ਪ੍ਰਭੂ ਸਾਹਿਬ ਨੂੰ ਬਲੈਸਿੰਗ ਦੇਵੇ। ਮੈਂ ਤੁਹਾਡੇ ਨਾਲ ਯਾਰ ਮੈਂ ਇਹੀ ਕਹੂੰਗੀ ਕਿ ਜੇ ਤੁਸੀਂ ਪ੍ਰਭੂ ਨੂੰ ਨਹੀਂ ਜਾਣਦੇ ਤਾਂ ਤੁਸੀਂ ਭੈਣੋ ਅਤੇ ਭਰਾਓ ਪਲੀਜ਼ ਪ੍ਰਭੂ ਦੇ ਕੋਲ ਆਓ, ਕਿਉਂਕਿ ਇਹੀ ਇੱਕ ਸੱਚਾ ਪਰਮੇਸ਼ਰ ਹੈ ਜਿਹੜਾ ਜ਼ਿੰਦਗੀ ਤੁਹਾਨੂੰ ਦਿੰਦਾ, ਤੁਹਾਨੂੰ ਸਕੂਨ ਦਿੰਦਾ ਵਾ, ਤੁਹਾਡੇ ਹਰ ਦੁੱਖਾਂ ਬੋਝਾਂ ਨੂੰ ਚੱਕਦਾ। ਉਹਨੇ ਤਾਂ ਬਚਨ ਵਿੱਚ ਵੀ ਕਿਹਾ, ਥੱਕੇ ਮਨ ਦੇ ਬੋਝ ਹੇਠਾਂ, ਭਾਰ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਸਕੂਨ ਦਊਂਗਾ। ਅਤੇ ਪਲੀਜ਼ ਜੇ ਤੁਹਾਨੂੰ ਸ਼ਿਫਾ ਦੀ ਲੋੜ ਆ, ਪਰਮੇਸ਼ੁਰ ਕੋਲ ਆਓ, ਪਰਮੇਸ਼ੁਰ ਨੂੰ ਭਾਲੋ, ਕਿਉਂਕਿ ਯਿਸੂ ਮਸੀਹ ਦੇ ਬਿਨਾਂ ਹੋਰ ਕੋਈ ਤੁਹਾਨੂੰ ਨਿਗਾ ਵੀ ਜਿਹੜਾ ਸਵਰਗ ਰਾਜ ਵਿੱਚ ਲੈ ਕੇ ਜਾਊਗਾ। ਸੋ ਪ੍ਰਭੂ ਨੂੰ ਲੱਭੋ ਅਤੇ ਉਹ ਤੁਹਾਨੂੰ, ਉਹ ਤਾਂ ਤੁਹਾਡਾ ਤੁਹਾਡੇ ਦਰਵਾਜ਼ੇ 'ਤੇ ਖੜ੍ਹਾ, ਉਹ ਤਾਂ ਤੁਹਾਡੇ ਦਿਲਾਂ ਦੇ ਦਰਵਾਜ਼ੇ 'ਤੇ ਖੜ੍ਹਾ ਖੜਕਾਉਂਦਾ ਕਿ ਦਰਵਾਜ਼ਾ ਖੋਲ੍ਹੋ ਅਤੇ ਮੈਂ ਅੰਦਰ ਆਉਣਾ ਚਾਹੁੰਦਾ ਵਾਂ। ਤੁਸੀਂ ਇੱਕ ਵਾਰੀ ਉਹਨੂੰ ਮੌਕਾ ਦਿਓ ਅਤੇ ਤੁਸੀਂ ਬਲੈਸਿੰਗ ਪਾਓਗੇ। ਬੀ ਬਲੈਸਡ ਇਨ ਦਾ ਨੇਮ ਆਫ ਜੀਸਸ। ਥੈਂਕ ਯੂ। ਬਹੁਤ ਅੱਛੀ ਗੱਲ ਹੈਗੀ ਹੈ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈਗੀ ਆ ਸੰਦੀਪ, ਜਦੋਂ ਆਪਣੇ ਭੈਣ ਭਰਾ ਜਿੱਦਾਂ ਕਹਿੰਦੇ ਹੁੰਦੇ ਵੀ ਬਿਫੋਰ ਤਾਂ ਆਫਟਰ, ਹਾਂਜੀ, ਤਾਂ ਜਿਸ ਤਰ੍ਹਾਂ ਤੁਸੀਂ ਆਪਣੀ ਗਵਾਹੀ ਅੱਜ ਦਿੱਤੀ ਹੈਗੀ ਕਿ ਪਹਿਲਾਂ ਹਨੇਰੇ ਦੇ ਵਿੱਚ ਤੁਰੇ ਫਿਰਦੇ ਸੀਗੇ ਤਾਂ ਹੁਣ ਤੁਸੀਂ ਵੀ ਰੋਸ਼ਨੀ ਦੇ ਵਿੱਚ ਆ ਗਏ ਹੈਗੇ, ਔਰ ਸਭ ਕੁਛ ਕਲੀਅਰ ਹੈਗਾ, ਔਰ ਤੁਹਾਡੀ ਸ਼ਕਲ ਤੋਂ ਹੀ, ਤੁਹਾਡੇ ਮੂੰਹ ਤੋਂ ਹੀ, ਤੁਹਾਡੇ ਹਾਸੇ ਤੋਂ, ਤੁਹਾਡੇ ਦਿਲ ਤੋਂ, ਤੁਹਾਡੇ ਬੋਲ ਤੋਂ ਪਤਾ ਲੱਗਦਾ ਹੈਗਾ ਕਿ ਉਹ ਪੁਰਾਣੀ ਸੰਦੀਪ ਨਹੀਂ ਹੈ, ਇਹ ਨਵੀਂ ਸੰਦੀਪ ਹੈਗੀ ਹੈ। ਥੈਂਕ ਯੂ। ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਔਰ ਮੈਂ ਚਾਹੁੰਦਾ ਹੈਗਾ ਕਿ ਛੋਟੀ ਜਿਹੀ ਪ੍ਰਾਰਥਨਾ ਹੁਣ ਕਰੋ ਜਿੰਨੇ ਵੀ ਸੁਣਦੇ ਹੈਗੇ ਆ, ਤਾਂ ਉਹ ਤੋਂ ਬਾਅਦ ਫਿਰ ਪ੍ਰੋਗਰਾਮ ਦਾ ਟਾਈਮ ਹੋ ਗਿਆ ਹੈ। ਇਬਰਾਹਿਮ ਦੇ, ਇਜ਼ਹਾਕ ਦੇ, ਯਾਕੂਬ ਦੇ ਪਰਮੇਸ਼ਵਰ, ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰੀਆ ਪ੍ਰਭੂ ਜੀ, ਸਾਰੀ ਮਹਿਮਾ ਇੱਜ਼ਤ ਜਲਾਲ ਦੇ ਤੁਹਾਡੇ ਪਵਿੱਤਰ ਪਾਕ ਜਲਾਲੀ ਨਾਮ ਨੂੰ ਦਿੰਦੀ ਹਾਂ। ਪ੍ਰਭੂ ਯਸ਼ੂ ਜੀ, ਇਸ ਸਮੇਂ ਨੂੰ ਪ੍ਰਭੂ ਜੀ, ਇਸ ਸਮੇਂ ਲਈ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ। ਜੇ ਉਹ ਵੀ ਭਾਈ ਭੈਣ, ਬਜ਼ੁਰਗ ਬੱਚੇ ਸਾਨੂੰ ਇਸ ਵਕਤ ਦੇਖ ਰਹੇ ਆ, ਇਕੱਲੇ ਇਕੱਲੇ ਨੂੰ ਬਲੈਸ ਕਰੀ ਪਿਤਾ ਪਰਮੇਸ਼ਵਰ ਜੀ, ਤੂੰ ਸਭ ਦੀਆਂ ਲੋੜਾਂ ਨੂੰ ਜਾਣਦਾ ਪ੍ਰਭੂ ਯਸ਼ੂ ਜੀ, ਤੂੰ ਇੱਕ ਇੱਕ ਦੇ ਸਾਥ ਹੋ, ਸਭ ਨੂੰ ਮੁਹੱਈਆ ਕਰਨ ਵਾਲਾ ਪਰਮੇਸ਼ਵਰ ਆ ਪ੍ਰਭੂ ਜੀ। ਤੁਸੀਂ ਕਿਹਾ ਭਾਰ ਹੇਠ ਦੱਬੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਸਕੂਨ ਦੇਵਾਂਗਾ। ਪ੍ਰਭੂ ਜੀ, ਤੂੰ ਸਭ ਨੂੰ ਜਾਣਦਾ ਪ੍ਰਭੂ ਜੀ, ਜਿਸ ਨੂੰ ਕਿਸੇ ਨੂੰ ਵੀ ਤਕਲੀਫ ਵਿੱਚ ਆ ਕੋਈ ਪ੍ਰਭੂ ਯਸ਼ੂ ਜੀ, ਕਿਸੇ ਨੂੰ ਪਰੇਸ਼ਾਨੀ ਆ, ਸਭ ਨੂੰ ਬਲੈਸ ਕਰ, ਸਭ ਨੂੰ ਸਕੂਨ ਦੇ ਪ੍ਰਭੂ ਯਸ਼ੂ ਜੀ। ਅਤੇ ਤੂੰ ਕਿਹਾ ਕਿ ਮੈਂ ਤੁਹਾਨੂੰ ਕਦੇ ਤਿਆਗਾਂਗਾ ਨਹੀਂ, ਕਦੇ ਛੱਡਾਂਗਾ ਨਹੀਂ ਪ੍ਰਭੂ ਜੀ। ਤੇਰੇ ਇਸ ਵਾਅਦੇ ਲਈ ਤੇਰਾ ਧੰਨਵਾਦ ਪਵਿੱਤਰ ਪਰਮੇਸ਼ਵਰ ਜੀ, ਤੂੰ ਸਦਾ ਸਾਡੇ ਨਾਲ ਆ। ਪ੍ਰਭੂ ਜੀ, ਮੈਂ ਪਾਸਟਰ ਡੈਨੀ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ 'ਚ ਦਿੰਦੀ ਹਾਂ, ਪ੍ਰਭੂ ਜੀ ਇਸ ਪ੍ਰਭੂ ਜੀ ਇਸ ਪ੍ਰੋਗਰਾਮ ਨੂੰ ਤੁਹਾਡੇ ਹੱਥਾਂ 'ਚ ਦਿੰਦੀ ਹਾਂ। ਬਲੈਸ ਕਰੋ ਪ੍ਰਭੂ ਯਸ਼ੂ ਜੀ, ਆਪਣੀਆਂ ਬਰਕਤਾਂ ਦਿਓ ਪ੍ਰਭੂ ਯਸ਼ੂ ਜੀ, ਸਦਾ ਸੰਗ ਹੋਵੋ ਸਾਡੇ ਪ੍ਰਭੂ ਯਸ਼ੂ ਜੀ, ਸਾਡਾ ਮਾਰਗ ਦਰਸ਼ਨ ਕਰੋ, ਸਾਰੀ ਮਹਿਮਾ ਇੱਜ਼ਤ ਜਲਾਲ ਤੁਹਾਡੇ ਨਾਮ ਨੂੰ ਦਿੰਦੇ, ਕਿਉਂਕਿ ਤੁਸੀਂ ਜਲਾਲ ਦੇ ਲਾਇਕ ਹੋ ਪ੍ਰਭੂ ਜੀ। ਤੁਸੀਂ ਇੱਕੋ ਇੱਕ ਸਰਵ ਸ਼ਕਤੀਮਾਨ ਪਰਮੇਸ਼ੁਰ ਯਹੋਵਾ ਯਰੀ ਹੋ ਪ੍ਰਭੂ ਯਸ਼ੂ ਜੀ, ਤੁਹਾਡੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਪ੍ਰਭੂ ਯਸ਼ੂ ਜੀ, ਤੁਹਾਡੇ 'ਚ ਅਸੀਂ ਬਣੇ ਰਹੀਏ। ਸਾਨੂੰ ਪ੍ਰਭੂ ਯਸ਼ੂ ਜੀ ਬਲੈਸ ਕਰੋ, ਸਾਨੂੰ ਸਭ ਨੂੰ ਪ੍ਰਭੂ ਜੀ, ਅਸੀਂ ਤੁਹਾਡੇ 'ਚ ਵਧੀਆ ਫੁੱਲੀਏ, ਤੁਹਾਡੇ ਨਾਂ ਨੂੰ ਜਲਾਲ ਵਡਿਆਈ ਦੇਈਏ। ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰੀਆ ਪ੍ਰਭੂ ਜੀ, ਸਭ ਇੰਤਜ਼ਾਮ ਲਈ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰੀਆ। ਯਿਸੂ ਨਾਸਰੀ ਦੇ ਮਿੱਠੇ ਪਵਿੱਤਰ ਜਲਾਲੀ ਨਾਂ ਵਿੱਚ ਮੈਂ ਮੰਗ ਲੈਂਦੀ। ਆਮੇਨ, ਆਮੇਨ, ਆਮੇਨ। ਚਲੋ ਸੰਦੀਪ ਜੀ, ਥੈਂਕ ਯੂ ਸੋ ਮੱਚ ਫੋਰ ਕਮਿੰਗ, ਤਾਂ ਖੁਦਾ ਤੁਹਾਨੂੰ ਹਮੇਸ਼ਾ ਬਰਕਤ ਦੇਵੇ। ਥੈਂਕ ਯੂ ਪਾਸਟਰ ਜੀ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਟਾਈਮ ਦਿੱਤਾ। ਥੈਂਕ ਯੂ। ਸੰਦੀਪ ਜੀ ਦੀ ਟੈਸਟਮਨੀ ਅਮੇਜ਼ਿੰਗ ਹੈ, ਪ੍ਰਭੂ ਯਿਸੂ ਨੇ ਇਹਨਾਂ ਨੂੰ ਨਜ਼ਾਤ ਜ਼ਿੰਦਗੀ ਦੇ ਦਿੱਤੀ ਹੈਗੀ ਹੈ। ਹਾਲੇਲੂਇਆ, ਖੁਦਾ ਮੰਦੀਰ ਦੇ ਵਿੱਚ ਤਾਰੀਫ ਹੋਵੇ। ਸੰਦੀਪ ਜੀ ਇਜ਼ ਕੌਨਫੀਡੈਂਟ ਇਨ ਹੂ ਸ਼ੀ ਇਜ਼ ਐਂਡ ਵਾਟ ਸ਼ੀ ਬਿਲੀਵਸ ਇਨ। ਸ਼ੀ ਇਨਕਰੇਜਸ ਅਦਰਸ, ਸ਼ੀ ਇਜ਼ ਅ ਮਦਰ, ਵਾਈਫ, ਸਿਸਟਰ, ਡੋਟਰ, ਬਟ ਅਬਵ ਆਲ ਅ ਚਾਈਲਡ ਆਫ ਗੋਡ ਫਿਲਡ ਵਿਦ ਦਾ ਹੋਲੀ ਸਪਿਰਿਟ। ਖੁਦਾਵੰਦ ਸੰਦੀਪ ਜੀ ਨੂੰ ਬਹੁਤ ਬਰਕਤ ਦੇਵੇ, ਔਰ ਮੇਰੀ ਉਮੀਦ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੀਆਂ ਭੈਣਾਂ ਨੂੰ, ਮਾਵਾਂ ਨੂੰ, ਧੀਆਂ ਨੂੰ ਔਰ ਵੀ ਇਸਤੇਮਾਲ ਕਰਨ। ਸ਼ੁਕਰੀਆ, ਮਿਹਰਬਾਨੀ। ਥੈਂਕ ਯੂ ਫੋਰ ਜੁਆਇਨਿੰਗ ਮੀ ਅੰਟਿਲ ਨੈਕਸਟ ਟਾਈਮ। ਜੈਮ ਸਿੱਖੀ, ਯਾਦ ਰੱਖਣਾ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣਾ, ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਅਗਲੇ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ। ਦੇਖਦੇ ਰਹੋ ਔਰ ਬਰਕਤ ਪਾਓ।